ਤੁਹਾਡਾ ਹੁਣ ਫਿਊਚਰ ਕੀ ਆਬਾ ਤੁਹਾਡਾ ਫਿਊਚਰ ਪੁੱਛੂਗਾ ਉਸ ਤੋਂ ਮੈਂ ਪੰਜਾਬ ਦੀ ਗੱਲ ਕਰਨੀ ਹੈ ਸਿਸਟਮ ਦਾ ਸਤਾਇਆ ਹੋਇਆ ਘਰ ਬੈਠ ਤੇ ਮੈਂ ਹਮੇਸ਼ਾ ਇਹ ਚਾਹਣਾ ਵੀ ਪੰਜਾਬ ਦਾ ਨੌਜਵਾਨ ਉੱਠੇ ਮੁਫਤ ਬਿਜਲੀ ਨੂੰ ਵੀ ਵੰਗਾਰੇ ਮੁਫਤ ਆਟਾ ਦਾਲ ਨੂੰ ਵੀ ਵੰਗਾਰੇ ਪੋਲਿਟিক্যাল ਲੋਕਾਂ ਕੋਲ ਮੰਗ ਕਰੇ ਆਪਣਾ ਏਜੰਡਾ ਤੈਅ ਕਰੇ ਆਨੰਦਪੁਰ ਮਤਾ ਹਜੇ ਜਿਉਂਦਾ ਬਿਲਕੁਲ ਜਿਉਂਦਾ ਜਿਸ ਦਿਨ ਵੀ ਪੰਜਾਬ ਦੀ ਸ਼ਾਨ ਬਹਾਲ ਹੋਈ ਉਸੇ ਪਾਰਟੀ ਨੇ ਕਰਨੀਆਂ ਜਿਹਨੇ ਆਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਪੈਰਾ ਦੇ ਪੈਰਾ ਦੇ ਜਿਹੜਾ ਅਕਾਲੀ ਦਲ ਤੇ ਕਾਬਜ ਪਰਿਵਾਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਤਕੜਿਆਂ ਕਰਦਿਆਂ ਕਰਦਿਆਂ ਫਰਟੀਲਿਜ਼ਮ ਵੀ ਛੱਡ ਦਿੱਤਾ ਸਟੇਟ ਦੇ ਵੱਧ ਅਧਿਕਾਰਾਂ ਦੀ ਗੱਲ ਵੀ ਛੱਡ ਦਿੱਤੀ ਔਰ ਜਿਹੜੇ ਪੰਥਕ ਇਸ਼ੂ ਸੀ ਉਹ ਵੀ ਛੱਡ ਦਿੱਤਾ ਚੰਡੀਗੜ੍ਹ ਦੇ ਵਿੱਚ ਪਟਵਾਰੀਆਂ ਦਾ ਇੰਟਰਨੈਸ ਐਗਜ਼ਾਮ ਹੁੰਦਾ ਬੱਚਿਆਂ ਦੇ ਕੜੇ ਤੇ ਕਿਰਪਾਨਾਂ ਰੁਹਾਈ ਜਾਂਦੇ ਸਾਰੀ ਦੁਨੀਆ ਦੇ ਬਿਆਨ ਤੋਂ ਇਹ ਪੰਥਕ ਦਰਦੀਆਂ ਦੇ ਅਕਾਲੀ ਦਲ ਦੇ ਪ੍ਰਧਾਨ ਦਾ ਇੱਕ ਬਿਆਨ ਹੈ। ਅਕਾਲੀ ਦਲ ਦੇ ਵਿੱਚ ਜਾਨ ਦੇ ਲਈ ਪੂਰ ਸਾ ਤਿਆਰ ਹੈ। ਜਿਹੜਾ ਲੋਕਾਂ ਦਾ ਅਕਾਲੀ ਦਲ ਹੈ ਉਹ ਕਿਸੇ ਪਰਿਵਾਰ ਦਾ ਮਥਾ ਜੀ। ਪ੍ਰਧਾਨ ਬਦਲ ਜੇ ਫਿਰ ਤਿਆਰ ਹੈ ਪੂਰ ਸਾ। ਜਿਹੜਾ ਪਾਰਲੀਮੈਂਟਰੀ ਸਿਸਟਮ ਹੈ ਲਾਗੂ ਹੋਣਾ ਚਾਹੀਦਾ ਹੈ। ਐਸਪੀਸੀ ਦੀਆਂ ਚੋਣਾਂ ਜਿਹੜੇ ਐਕਟ ਦੇ ਤਹਿਤ ਹੁੰਦੀਆਂ ਕੇਂਦਰੀ ਕਾਨੂੰਨ ਹੈ। ਜੇ ਅਸੀਂ ਸੂਬੇ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ, ਸੰਘੀ ਢਾਂਚੇ ਦੀ ਗੱਲ ਕਰਦੇ ਹਾਂ ਤੇ ਬਹੁਤ ਵੱਡਾ ਮੁੱਦਾ। ਜਿਹੜਾ ਜਿਸ ਸੰਸਥਾ ਦੇ ਉੱਤੇ ਕਾਬਜ ਹੋਵੇ ਨਾ ਉਹ ਕਬਜ਼ਾ ਨਹੀਂ ਛੱਡਣਾ ਚਾਹ ਲੋਕ ਹਿੱਤ ਕੀ ਕਹਿੰਦੇ ਆ ਉਹਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਣੀ ਜੇ ਪੰਜਾਬ ਦਾ ਸਟੇਟ ਐਕਟ ਬਣ ਜਾਏ ਤੇ ਉਹਦੇ ਨਾਲ ਹੋਏਗਾ ਕਿ ਵੀ 5 ਦੀ 5 ਸਾਲ ਬਾਅਦ ਹਰ 5 ਸਾਲ ਬਾਅਦ ਚੋਣ ਹੋਏਗੀ ਤੇ ਦੂਜਾ ਸੈਂਟਰ ਦਾ ਦਖਲ ਖਤਮ ਆਮਾਦੀ ਪਾਰਟੀਆਂ ਜੇਕਰ ਕੀਤਾ ਸਿੱਖ ਚਿਹਰਾ ਹੋਊਗਾ ਉਹਨਾਂ ਦਾ ਸੀਐਮ ਫੇਸ ਸੋ ਦੇਸਿੰਪੁਰ ਆਪਣੇ ਆਪ ਨੂੰ ਉਸ ਰੇਸ ਵਿੱਚ ਸਮਝਦੇ ਹਾਂ ਮੈਨੂੰ ਮਿਲਦੇ ਰਹਿੰਦੇ ਆ ਮੇਰੇ ਕੋਲ ਸਲਾਹਾਂ ਵੀ ਕਈ ਵਾਰੀ ਇੱਕ ਵਾਰੀ ਲਏ ਪਰ ਮੈਂ ਕਦੀ ਕਿਸੇ ਅਹੁਦੇ ਦੇ ਪਿੱਛੇ ਨਹੀਂ ਭੱਜਿਆ ਮੈਂ ਇਹ ਚਾਹੁੰਦਾ ਪੰਜਾਬ ਦੇ ਵਿੱਚ ਫੈਡਰਲਿਜ਼ਮ ਆਵੇ ਉਹ ਫੈਡਰਲਿਜ਼ਮ ਦੇ ਹਾਮੀ ਹੈਗੇ ਆ ਆਵਾਦੀ ਪਾਰਟੀ ਹਮੇ ਇਹ ਜਿਹੜੀਆਂ 2-3 ਪਾਰਟੀਆਂ ਇਸ ਵੇਲੇ ਸੱਤਾ ਦੀ ਲੜਾਈ ਲੜ ਰਹੀਆਂ ਨੇ ਤੇ ਸਾਰਿਆਂ ਦੀ ਚਾਬੀ ਚੀ। ਤੁਹਾਡੇ ਕੋਲ ਇੱਕ ਹੀ ਰਾ ਆਵਾਦੀ ਪਾਰਟੀ। ਮੇਰੇ ਕੋਲ ਬੜੇ ਰਾ ਮੇਰੇ ਕੋਲ ਸਾਰੇ ਰਾ ਖੁੱਲੇ ਆ। ਜਸਦੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਵੇ ਤੁਹਾਡਾ ਸਵਖਤ ਕਰਦਾ। ਪੰਥਕ ਸੰਕਟ ਪੰਜਾਬ ਦੇ ਅੱਕੇ ਕਿੰਨਾ ਵੱਡਾ ਹੈ? ਪੰਜਾਬ ਦਾ ਖੁਦ ਦਾ ਸੰਕਟ ਕਿੰਨਾ ਵੱਡਾ ਹੈ ਕਿਉਂਕਿ ਪੰਜਾਬ ਹਮੇਸ਼ਾ ਵਾਅਦਤਕਾਰਾਂ ਦੀ ਗੱਲ ਕਰਦਾ ਸੰਗਠਣਾਂ ਚ ਦੀ ਗੱਲ ਕਰਦਾ। ਇਹ ਸਭ ਦੇ ਵਿਚਾਰੇ ਇੱਕ ਦਲਿਤ ਕਾਰਡ ਵੀ ਖੇਡਿਆ ਜਾ ਰਿਹਾ ਹੈ। ਇਹ ਸਾਰੀ ਸਿਆਸਤ ਹੋ ਰਹੀ ਆ ਪਰ ਇਸ ਸਿਆਸਤ ਦੇ ਵਿਚਾਲੇ ਪੰਜਾਬ ਦੇ ਹਿੱਸੇ ਕੀ ਆ ਪੰਜਾਬ ਦੇ ਪੱਲੇ ਕੀ ਆ। ਬਹੁਤ سارے ਸਵਾਲ ਇਹ ਪੁੱਛਨੇ ਲਾਜ਼ਮੀ ਆ ਤੇ ਇਹਨਾਂ ਸਵਾਲਾਂ ਤੇ ਹੀ ਜਵਾਬ ਦੇਣ ਦੇ ਲਈ ਅਸੀਂ ਅੱਜ ਸੱਧਿਆ ਸਖਤੇਵ ਸਿੰਘ ਪੌਰਹਰਾਂ ਨੂੰ ਜਿਨ੍ਹਾਂ ਦਾ 25 ਸਾਲ ਦਾ ਸ਼੍ਰੋਮਣੀ ਕਮੇਟੀ ਦਾ ਤਜਰਬਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹ ਐਕਟਿੰਗ ਪ੍ਰੈਜ਼ੀਡੈਂਟ ਉਹ ਤਿੰਨ ਸਾਲ ਰਹਿ ਚੁੱਕੇ ਆ। ਲਾ ਗ੍ਰੈਜੂਏਟ ਨੇ ਵਕਾਲਤ ਦੀ ਉਹ ਪ੍ਰੈਕਟਿਸ ਕਰਦੇ ਰਹੇ ਆ ਤੇ ਇਹ ਉਸ ਵੇਲੇ ਦੀ ਗੱਲ ਆ ਜਦੋਂ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀਨਾਮਾ ਦਿੱਤਾ ਗਿਆ ਸੀ ਤੇ ਉਦੋਂ ਇਹਨਾਂ ਨੇ ਅਕਾਲੀ ਦਲ ਛੱਡ ਦਿੱਤਾ ਸੀ ਪੀਐਸਸੀ ਵਿੱਚ ਵੀ ਰਿਹਾ ਤੇ ਸਰਦੇਵ ਸਿੰਘ ਪੌਰਹਰ ਨੂੰ ਅੰਦਰਲੀ ਗੱਲਾਂ ਬਹੁਤ ਕੁਝ ਪਤਾ ਹੈ ਇਸ ਕਰਕੇ ਉਹਨਾਂ ਸੱਦਿਆ ਤੇ ਅੱਜ ਦੀ ਸਿਆਸਤ ਦੇ ਵਿੱਚ ਸਰਦੇਵ ਸਿੰਘ ਪੌਰ ਦਾ ਰਸਤਾ ਕੀ ਹੈ ਉਹ ਸਾਰੇ ਸਵਾਲ ਇਹਨਾਂ ਨੂੰ ਹੋਣਗੇ ਅੱਜ ਵੀ ਪੌਰ ਸਾਹਿਬ ਉਹ ਸਵਾਗਤ ਅਸਰ ਟੋੜਾ ਧੰਨਵਾਦ ਪੌਰ ਸਾਹਿਬ ਤੁਹਾਡਾ ਹੁਣ ਫਿਊਚਰ ਕੀ ਆਪਦਾ ਪਹਿਲਾਂ ਮੈਂ ਤੁਹਾਡਾ ਫਿਊਚਰ ਪੁੱਛੂੰਗਾ ਉਸ ਤੋਂ ਮੈਂ ਪੰਜਾਬ ਦੀ ਗੱਲ ਕਰਨੀ ਆ 2015 ਚ ਵਿੱਚ ਰਿਜ਼ਾਈਨ ਦਿੱਤਾ ਸੀ ਜਦ ਤੱਕ ਮੈਨੂੰ ਯਾਦ ਹੈ ਦੇਖੋ ਮੈਂ ਸਿਸਟਮ ਦਾ ਸਤਾਇਆ ਹੋਇਆ ਘਰ ਬੈਠਾ ਤੇ ਮੈਂ ਹਮੇਸ਼ਾ ਇਹ ਚਾਹਣਾ ਵੀ ਪੰਜਾਬ ਦਾ ਨੌਜਵਾਨ ਉੱਠੇ ਪੰਜਾਬ ਦਾ ਨੌਜਵਾਨ ਮੁਫਤ ਬਿਜਲੀ ਨੂੰ ਵੀ ਵੰਗਾਰੇ ਮੁਫਤ ਆਟਾ ਦਾਲ ਨੂੰ ਵੀ ਵੰਗਾਰੇ ਤੇ ਪੰਜਾਬ ਦਾ ਨੌਜਵਾਨ ਪੋਲੀਟੀਕਲ ਲੋਕਾਂ ਕੋਲੋਂ ਇਹ ਮੰਗ ਕਰੇ ਆਪਣਾ ਏਜੰਡਾ ਤੈਅ ਕਰੇ ਕਿ ਜੇ ਸਾਡੇ ਕੋਲ ਸਰਸਿਸ ਵੱਧ ਗਏ ਤੇ ਅਸੀਂ ਆਪਣੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਾਂਗੇ ਉਹਨਾਂ ਲਈ ਰੁਜ਼ਗਾਰ ਪੈਦਾ ਕਰਾਂਗੇ ਜਿਵੇਂ ਕੋਵਿਡ ਦੇ ਹਾਲਾਤਾਂ ਦੇ ਵਿੱਚ ਜੇ ਹਸਪਤਾਲਾਂ ਦਾ ਡਾਕਟਰ ਨਹੀਂ ਲੱਭਾ ਡਾਕਟਰ ਹੈ ਤਾਂ ਦਵਾਈ ਨਹੀਂ ਲੱਭੀ ਹੈਲਥ ਸਿਸਟਮ ਨੂੰ ਸੁਧਾਰਾਂਗੇ ਸੋਸ਼ਲ ਸਿਕਿਉਰਿਟੀ ਵਧਾਵਾਂਗੇ ਤੇ ਆਪਣੇ ਜਿਹੜੇ ਰੋਜ਼ ਲਾਅ ਐਂਡ ਆਰਡਰ ਦੀਏ ਮਸਲੇ ਆਉਂਦੇ ਇਹਨਾਂ ਨੂੰ ਠੀਕ ਕਰਾਂਗੇ ਇਹ ਜਿਹੜੇ ਲੋਕ ਇਹ ਗੱਲ ਕਰਨਗੇ ਮੈਂ ਉਹਨਾਂ ਦੇ ਪਿਛੇ ਰਹਿ ਕੇ ਵੀ ਉਹਨਾਂ ਦੀ ਮਦਦ ਕਰ ਲੇ ਤੁਸੀਂ ਕਿਹੜੀ ਪਾਰਟੀ ਜ਼ਿਆਦਾ ਫਿਊਚਰ ਦੇਖਦੀ ਹੈ ਮੈਨੂੰ ਲੱਗਦਾ ਹੈ ਵੀ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਸੀ ਜਿਨ੍ਹਾਂ ਨੂੰ ਸਿੱਖ ਵੀ ਪੰਥ ਵੀ ਆਪਣੀ ਪਾਰਟੀ ਸਮਝਦਾ ਸੀ ਤੇ ਪੰਜਾਬ ਵੀ ਆਪਣੀ ਪਾਰਟੀ ਸਮਝਦਾ ਸੀ ਉਹ ਇਸ ਕਰਕੇ ਸਮਝਦਾ ਸੀ ਵੀ ਇਹਨਾਂ ਨੇ ਬਿਨਾਂ ਜਿਹੜੇ ਪਹਿਲੇ ਅਕਾਲੀ ਸੀ ਉਹਨਾਂ ਨੇ ਆਪਣੀਆਂ ਕੁਰਸੀਆਂ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਸੀ ਬਹੁਤ ਸਮੇਂ ਐਸੇ ਆਏ ਜਦੋਂ ਕੁਰਸੀ ਤੇ ਪੰਜਾਬ ਦੇ ਹਿੱਤਾਂ ਦੇ ਵਿਚਕਾਰ ਗੱਲ ਆਈ ਪਰੰਤੂ ਉਸ ਵੇਲੇ ਦੇ ਅਕਾਲੀਆਂ ਨੇ ਕਦੇ ਵੀ ਕੁਰਸੀਆਂ ਨੂੰ ਤਰਜੀਹ ਨਹੀਂ ਦਿੱਤੀ ਪੰਥ ਖਿੱਤਾਂ ਨੂੰ ਜਾਂ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਅੱਜ ਹਾਲਾਤ ਐਸੇ ਹੈ ਅਕਸਾਨੀ ਮਸਲਾ ਜਿਹੜਾ ਪਿਛਲੇ 8-9 ਮਹੀਨਿਆਂ ਤੋਂ ਚੱਲ ਰਿਹਾ ਇਹ ਹੈ ਤਾਂ ਫੈਡਰਲਿਜ਼ਮ ਦਾ ਇੱਕ ਬੜਾ ਵੱਡਾ ਮਸਲਾ ਹੈਗਾ ਜਿਹਨੂੰ ਫੈਡਰਲਿਜ਼ਮ ਨੂੰ ਮੋਦੀ ਸਰਕਾਰ ਖਾ ਜਾਣਾ ਚਾਹੁੰਦੀ ਹੈ ਐਗਰੀਕਲਚਰ ਸਟੇਟ ਇਸ਼ੂ ਹੈ ਉਹ ਸਟੇਟ ਇਸ਼ੂ ਨੂੰ ਵੀ ਆਪਣਾ ਇਸ਼ੂ ਬਣਾ ਕੇ ਇਸ ਤਰੀਕੇ ਦੇ ਨਾਲ ਜ਼ਲੀਲ ਕਰ ਰਹੀ ਹੈ ਸਟੇਟਸ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਖਤਰਨਾਕ ਹੋ ਜਾਣਾ ਤੇ ਅਕਾਲੀ ਦਲ ਦੇ ਆਗੂ ਪਹਿਲਾਂ ਤਾਂ ਇਹਦੀ ਵਕਾਲਤ ਕਰਦੇ ਰਹਿੰਦੇ ਆ ਫੇਰ ਮੁੜ ਕੇ ਜਾ ਕੇ ਇਹਦਾ ਵਿਰੋਧ ਕਰਨ ਲੱਗ ਪੈਂਦੇ ਤੇ ਐਸੇ ਇਸ਼ੂਜ਼ ਦੇ ਉੱਤੇ ਜਦੋਂ ਦੇਖੋ ਹੁਣ ਪੰਜਾਬ ਦੇ ਵਿੱਚ ਬੱਚੇ ਬੇਰੁਜ਼ਗਾਰ ਹੈ ਉਹਨਾਂ ਲਈ ਕੋਈ ਸਾਧਨ ਨਹੀਂ ਤੇ ਅਕਾਲੀ ਦਲ ਵੱਲੋਂ ਵੀ ਦੂਜਿਆਂ ਵਾਂਗਰੇ ਕਿਹਾ ਜਾ ਰਿਹਾ ਸੀ 400 ਯੂਨਟ ਬਿਜਲੀ ਫ੍ਰੀ ਦੇ ਦੇਵਾਂਗੇ ਜੀ ਅਸੀਂ ਆਹ ਕਰਦੇ ਆਂਗੇ ਸੀ ਉਹ ਗਪੌੜ ਸੰਖ ਸਾਰੇ ਖੜੇ ਕੀਤੇ ਜਾ ਰਹੇ ਨੇ ਇਹ ਅਨੰਦਪੁਰ ਮਤਾ ਹਜੇ ਜਿਉਂਦਾ ਬਿਲਕੁਲ ਜਿਉਂਦਾ ਹੈ ਔਰ ਜਿਸ ਦਿਨ ਵੀ ਨਤਾਰਾ ਹੋਇਆ ਜਿਸ ਦਿਨ ਵੀ ਪੰਜਾਬ ਦੀ ਸ਼ਾਨ ਬਹਾਲ ਹੋਈ ਉਸੇ ਪਾਰਟੀ ਨੇ ਕਰਨੀ ਹੈ ਜਿਹਨੇ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਪਹਿਰਾ ਦੇਣਾ ਨੇ ਤੁਸੀਂ ਉਸ ਵਕਤ ਆਨੰਦਪੁਰ ਮਤੇ ਵੇਲੇ ਤੁਸੀਂ ਬਹੁਤ ਸਰਗਰਮ ਰਹੇ ਹੋ ਅੱਜ ਵੀ ਤੁਸੀਂ ਆਨੰਦਪੁਰ ਮਤੇ ਦੀ ਗੱਲ ਕਰਦੇ ਹੋ ਕਿਹੜੀ ਧੇਰਾ ਜਿਹੜੀ ਆਨੰਦਪੁਰ ਮਤੇ ਦੀ ਗੱਲ ਕਰਦੀ ਹੈ ਕਿਹੜੀ ਧੇਰਾ ਜਿਹੜੀ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੀ ਹੈ ਮੈਂ ਉਹੀ ਕਰ ਕਿਹੜੀ ਧੇਰਾ ਜਿਹੜੀ ਫੈਡਰਲਿਜ਼ਮ ਦੀ ਗੱਲ ਕਰਦੀ ਹੈ ਮੈਂ ਉਹੀ ਗੱਲ ਕਰ ਰਿਹਾ ਜੀ ਲੋਕਾਂ ਨੇ ਅਕਾਲੀ ਦਲ ਨੂੰ ਇਹ ਮਾਨ ਸਤਕਾਰ ਦਿੱਤਾ ਸੀ ਪਰ ਅਕਾਲੀ ਦਲ ਨੇ ਜਦੋਂ ਦਾ ਆਪਣੇ ਪਰਿਵਾਰ ਜਿਹੜਾ ਅਕਾਲੀ ਦਲ ਤੇ ਕਾਬਜ ਪਰਿਵਾਰ ਹੈ ਉਹਨਾਂ ਨੇ ਆਪਣੇ ਪਰਿਵਾਰ ਨੂੰ ਤਕੜਿਆ ਕਰਦਿਆਂ ਕਰਦਿਆਂ ਫੈਡਰਲਿਜ਼ਮ ਵੀ ਛੱਡ ਦਿੱਤਾ ਸਟੇਟ ਦੇ ਵੱਧ ਅਧਿਕਾਰਾਂ ਦੀ ਗ ਔਰ ਜਿਹੜੇ ਪੰਥਕ ਇਸ਼ੂ ਸੀ ਉਹ ਵੀ ਛੱਡ ਦਿੱਤੇ। ਦੇਖੋ ਹੁਣ ਕੱਲ ਪਰਸੋਂ ਦੀਆਂ ਗੱਲਾਂ ਆ ਜੇ। ਚੰਡੀਗੜ੍ਹ ਦੇ ਵਿੱਚ ਪਟਵਾਰੀਆਂ ਦਾ ਇੰਟਰਨੈਟ ਐਗਜ਼ਾਮ ਹੁੰਦਾ। ਬੱਚਿਆਂ ਦੇ ਕੜੇ ਤੇ ਕਿਰਪਾਨਾ ਰਹਾਏ ਜਾਂਦੇ ਆ। ਸਾਰੀ ਦੁਨੀਆ ਦੇ ਬਿਆਨ ਤਾਂ ਇਹ ਪੰਥਕਦਰਦੀਆਂ ਦੇ ਅਕਾਲੀ ਦਲ ਦੇ ਪ੍ਰਧਾਨ ਦਾ ਇੱਕ ਵੀ ਬਿਆਨ ਨਹੀਂ ਆ। ਜਦੋਂ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੇ ਸਿੱਖਾਂ ਦੇ ਕਕਾਰ ਲੈਣ ਰੱਗ ਪਏ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਹੋਣਾ ਚਾਹੀਦਾ ਸੀ। ਔਰ ਉਹਨੂੰ ਡੈਲੀਗੇਸ਼ਨ ਲੈ ਕੇ ਮਾੜੀ ਮਾੜੀ ਗੱਲ ਦੇ ਉੱਤੇ ਕਦੀ ਗਵਰਨਰ ਨੂੰ ਮਿਲਦੇ ਆ ਕਦੀ ਮੁੱਖ ਮੰਤਰੀ ਨੂੰ ਮਿਲਦੇ ਕਦੀ ਪ੍ਰਧਾਨ ਮੰਤਰੀ ਨੂੰ ਮਿਲਦੇ ਇੱਥੇ ਕੌਣ ਮਿਲੇਗਾ ਈਹੀ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਇਹ ਸਮਝ ਲਿਆ ਵੀ ਇਹ ਤਾਂ ਸਟੇਟ ਦੇ ਇਸ਼ੂਜ਼ ਚੁੱਕਦੇ ਹੀ ਨਹੀਂ ਇਹਨਾਂ ਤੋਂ ਅਸੀਂ ਕੀ ਲੈਣਾ ਇਹ ਤਾਂ ਪਰਿਵਾਰ ਦੇ ਹਿੱਤ ਪਾਲਦੇ ਆ ਤੇ ਦੂਜੇ ਪਾਸੇ ਪੰਥ ਨੇ ਵੀ ਸਮਝ ਲਿਆ ਵੀ ਸਾਡੇ ਮਹਾਰਾਜ ਦੀ ਬੇਅਦਬੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਨਾ ਤੂੰ ਦੋਸ਼ੀ ਨਹੀਂ ਫੜੇ ਜਾਂਦੇ ਜੇ ਸਾਡੇ ਕਕਾਰ ਲੈਂਦੇ ਆ ਬੱਚਿਆਂ ਦੇ ਤੇ ਉੱਥੇ ਨਹੀਂ ਬੋਲਦੇ ਤੇ ਪੰਥ ਨੇ ਵੀ ਕੀ ਲੈਣਾ ਨਾ ਨਹੀਂ ਅਕਾਲੀ ਦਲ ਦੇ ਲਈ ਰਸਤੇ ਬੰਦ ਆ ਪੋਰ ਸਾਹਿਬ ਦੇ ਅਕਾਲੀ ਦਲ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੇ ਪੋਰ ਸਾਹਿਬ ਨਹੀਂ ਮੈਂ ਕੁਝ ਸੱਜਣਾ ਨੇ ਮੈਨੂੰ ਬਾਰ-ਬਾਰ ਅਪਰੋਚ ਵੀ ਕੀਤਾ ਸੀ ਮੈਂ ਉਹਨਾਂ ਨੂੰ ਦੋ ਗੱਲਾਂ ਕਹੀਆਂ ਸੀ ਵੀ ਜੇ ਵੱਡੇ ਹਿੱਤ ਦੇ ਹੁੰਦੇ ਆ ਪੰਥ ਦੇ ਵੱਡੇ ਹਿੱਤ ਪਰਿਵਾਰ ਨਾਲੋਂ ਪੰਥ ਵੱਡਾ ਮੈਂ ਉਹਨਾਂ ਨੂੰ ਸੁਝਾਅ ਦਿੱਤਾ ਸੀ ਵੀ ਠੀਕ ਆ ਮੈਂ ਤੁਹਾਡੀ ਗੱਲ ਮੰਨ ਲੈਣਾ ਮੈਂ ਜਮਿਆ ਵੀ ਅਕਾਲੀ ਆ ਅਕਾਲੀयत ਮੇਰੇ ਵਿੱਚੋਂ ਮਰ ਵੀ ਨਹੀਂ ਸਕਦੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਘੱਟੋ-ਘੱਟ ਇੰਨੀ ਗੱਲ ਤਾਂ ਜਿਹੜੇ ਉਸ ਵੇਲੇ ਦੇ ਗ੍ਰਹਿ ਮੰਤਰੀ ਆ ਸਰਾਰ ਸੁਖਵੀਰ ਸਿੰਘ ਇੰਨੀ ਗੱਲ ਤਾਂ ਅਕਾਲ ਤਖਤ ਤੇ ਜਾ ਕੇ ਮੰਨਣ ਨਾ ਵੀ ਸਾਡੇ ਸਮੇਂ ਦੇ ਵਿੱਚ ਮਹਾਰਾਜ ਦੀ ਬੇਅਦਬੀ ਹੋਈ ਮਹਾਰਾਜ ਦੇ ਸਰੂਪ ਚੋਰੀ ਹੋਏ ਕੰਧਾਂ ਤੇ ਇਸ਼ਤਿਆਰ ਲੱਗੇ ਅਸੀਂ 2 ਸਾਲ ਦੇ ਵਿੱਚ ਦੋਸ਼ੀ ਨਹੀਂ ਫੜ ਸਕੇ ਇਹ ਸਾਡੇ ਮਨ ਤੇ ਬੋਝ ਆ ਸੀ ਇਸ ਬੋਝ ਨੂੰ ਹੌਲਾ ਕਰਨਾ ਚਾਹੁੰਦੇ ਆ ਸਾਨੂੰ ਦੱਸੋ ਕਿੱਦਾਂ ਕੀਤਾ ਜਾ ਸਕਦਾ ਉਹ ਇੰਨੀ ਗੱਲ ਵੀ ਮੰਨਣ ਨੂੰ ਤਿਆਰ ਨਹੀਂ ਉਹ ਚੁੱਪ-ਚੁੱਪ ਹੀ ਤੇ ਜਾਂਦੇ ਆ ਜਾ ਕੇ ਜੋੜੇ ਛਾੜ ਕੇ ਦੋ ਦਿਨ ਫੋਟੋ ਫੋਟੋ ਖਿਚਾ ਕੇ ਮੜੇ ਆਉਂਦੇ ਆ ਜਿਸ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਵੀ ਛੱਡ ਦਿੱਤੀ ਸਿੱਖਾਂ ਦੇ ਕਕਾਰਾਂ ਦੀ ਬੇਇੱਜ਼ਤੀ ਹੋਵੇ ਉਹ ਵੀ ਛੱਡ ਦਿੱਤੀ ਤੇ ਇਹ ਫਿਰ ਉਹ ਜਿਹੜਾ ਉਹਦਾ ਢਾਂਚਾ ਸਾਰਾ ਹੀ ਵਿਗੜ ਗਿਆ ਜਿਹੜੇ ਪੰਥਕ ਬੰਦੇ ਆ ਨਾਰਾਜ਼ ਹੋ ਕੇ ਘਰਾਂ 'ਚ ਬੈਠ ਗਏ ਤੇ ਉਹਨਾਂ ਨੇ ਸੋਚਿਆ ਵੀ ਨਹੀਂ ਇਹ ਇਹ ਤਾਂ ਇੱਕ ਪਰਿਵਾਰ ਦੀ ਖੇਡ ਹੈ ਔਰ ਹੋਇਆ ਕੀ ਹੈ ਪਿਛਲੇ ਸਮੇਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਜਦੋਂ ਪੋਲਿਟਿਕਸ ਦੇ ਵਿੱਚ ਆਏ ਉਸ ਵੇਲੇ ਉਹਨਾਂ ਤੇ ਉਹ ਬਹੁਤ ਵੱਡੇ ਕਦ ਦੇ ਅਕਾਲੀ ਮੌਜੂਦ ਸੀ ਪਰ ਕਿਉਂਕਿ ਉਹਨਾਂ ਦਾ ਜਨਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਹੋਇਆ ਸੀ ਬਾਦਲ ਸਾਹਿਬ ਨੇ ਉਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਸੁਖੀ ਬਾਦਲ ਨੂੰ ਬਿਠਾ ਲਿਆ। ਬਿਠਾਲਣ ਤੋਂ ਬਾਅਦ ਫਿਰ ਉਹਨੂੰ ਕਰਨਾ ਸੀ ਵੀ ਉਹਨੂੰ ਰੈਕਗਨਿਸ਼ਨ ਵੀ ਦਿਵਾਉਣੀ ਸੀ। ਉਹਦੇ ਲਈ ਕੀ ਕੀਤਾ? ਜਿਹੜੇ ਵੱਡੇ ਅਕਾਲੀ ਸੀ ਜਿਹੜੇ ਬਾਦਲ ਸੁਖਵੀਰ ਸਾਹਿਬ ਤੋਂ ਵੱਡੇ ਕੱਦ ਦੇ ਅਕਾਲੀ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਤਕੀ ਟਿਕਟ ਰਹਿਣ ਦਿਓ ਤੁਹਾਡੇ ਬੱਚੇ ਨੂੰ ਟਿਕਟ ਦੇ ਦਿੰਦੇ ਹਾਂ। ਉਹਨਾਂ ਦੇ ਬੱਚਿਆਂ ਦੀਆਂ ਟਿਕਟਾਂ ਦੇ ਕੇ ਉਹਨਾਂ ਦਾ ਕੈਰੀਅਰ ਖਤਮ ਕੀਤਾ ਗਿਆ। ਜਿਹੜੇ 40-40 ਸਾਲ ਦੀ ਉਹਨਾਂ ਦੀ ਸੇਵਾ ਸੀ ਉਹ ਖਤਮ ਕਰ ਦਿੱਤੀ ਗਈ। ਬੱਚਿਆਂ ਤੋਂ ਬੱਚਿਆਂ ਨੂੰ ਟਿਕਟਾਂ ਦੇ ਦਿੱਤੀਆਂ ਉਹਨਾਂ ਨੂੰ ਇੱਕ ਟਿਕਟ ਦੀ ਰਿਸ਼ਵਤ ਦੇ ਕੇ ਆਪਣੇ ਰਾਹ ਦੇ ਕੰਡੇ ਸਾਫ਼ ਕੀਤੇ ਗਏ ਕੱਲ ਨੂੰ ਇਹ ਨਾ ਕਵੇ ਤੁਸੀਂ ਆਪਣਾ ਪੁੱਤ ਸੈੱਟ ਕੀਤਾ ਤਾਂ ਮੈਂ ਉਹਦੇ ਬੱਚੇ ਨੂੰ ਵੀ ਟਿਕਟ ਦੇ ਦਿੱਤੀ ਉਹਦਾ ਨਤੀਜਾ ਕੀ ਨਿਕਲਿਆ ਜਿਹੜੇ ਬੱਚਿਆਂ ਨੂੰ ਟਿਕਟ ਦਿੱਤੀ ਗਈ ਉਹ ਇਹ ਹਿੰਮਤ ਨਹੀਂ ਸੀ ਕਰਦੇ ਸੁਖਵੀਰ ਦੇ ਜਾ ਕੇ ਸਾਹਮਣੇ ਕਹਿਣ ਦੀ ਵੀ ਕੀ ਗਲਤ ਹੈ ਤੇ ਕੀ ਠੀਕ ਹੈ ਜਿਹੜੇ ਹਿੰਮਤ ਕਰ ਸਕਦੇ ਸੀ ਕਹਿਣ ਦੇ ਜਿਨ੍ਹਾਂ ਦਾ ਕੈਰੀਅਰ ਵੱਡਾ ਸੀ ਉਹ ਪਾਸੇ ਕਰ ਦਿੱਤੇ ਤੁਸੀਂ ਹਿੰਮਤ ਕੀਤੀ ਮੈਂ ਡਰਜ਼ਨ ਕਰਤਾ ਮੈਂ ਗੱਲ ਹੋਈ ਸੀ ਸੁਖਵੀਰ ਜੀ ਨਾਲ ਮੇਰੀ ਦੇਖੋ ਪਹਿਲੀ ਜੂਨ ਨੂੰ ਮਹਾਰਾਜ ਦਾ ਸਰੂਪ ਚੋਰੀ ਹੋਇਆ 25 ਜੂਨ ਨੂੰ ਇਸ਼ਤਿਹਾਰ ਲੱਗਾ ਕਿ ਸਾਡੇ ਕੋਲ ਸਰੂਪ ਹੈ 24 ਸਤੰਬਰ ਨੂੰ ਮਾਫੀ ਦੇ ਦਿੱਤੀ ਗਈ ਧੱਕੇ ਨਾਲ ਦਵਾਈ ਗਈ 12 ਅਕਤੂਬਰ ਨੂੰ ਗੋਲੀ ਚੱਲਦੀ ਹੈ 12 ਅਕਤੂਬਰ ਨੂੰ ਧਰਨਾ ਲੱਗਦਾ ਬੇਦਬੀ ਹੁੰਦੀ ਹੈ 14 ਨੂੰ ਗੋਲੀ ਚੱਲਦੀ ਹੈ ਤੇ 18 ਤਰੀਕ ਦੀ ਮੀਟਿੰਗ ਤੇ ਵਿੱਚ ਮੈਂ ਡਰਜ਼ਨ ਕਰਤਾ ਸੀ ਚਲੋ ਮੈਂ ਮੈਂ ਇੱਕ ਛੋਟਾ ਬ੍ਰੇਕ ਲੈਣਾ ਮੈਂ ਇੱਕ ਸਾਲ ਦਾ ਜਾ ਦਿੰਦਾ ਅਕਾਲੀ ਦਲ ਦੇ ਵਿੱਚ ਜਾਨ ਦੇ ਲਈ ਪੂਰ ਸਭ ਤਿਆਰ ਹੈ ਜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਆ ਜਹਦਰ ਸਾਹਿਬ ਨੇ ਪੇਸ਼ ਹੁੰਦੇ ਆ ਸੁਖਬੀਰ ਸਿੰਘ ਬਾਦਲ ਜਾਂ ਬਾਦਲਾ ਪਰਿਵਾਰ ਫਿਰ ਤਿਆਰ ਹੈ ਪੂਰ ਸਭ ਦੇਖੋ ਮੈਂ ਮੈਂ ਤਾਂ ਇਹ ਗੱਲ ਕਰਦਾ ਇਹ ਦੇਖੋ ਅਕਾਲੀ ਦਲ ਜਿਹੜਾ ਨਾ ਜਿਹੜਾ ਅਕਾਲੀ ਦਲ ਜੇ ਜਿਸ ਅਕਾਲੀ ਦਲ ਨੂੰ ਲੋਕ ਜਾਣਦੇ ਆ ਜਿਹੜਾ ਲੋਕਾਂ ਦਾ ਅਕਾਲੀ ਦਲ ਉਹ ਕਿਸੇ ਪਰਿਵਾਰ ਦਾ ਮਥਾਜ ਨਹੀਂ ਉਹ ਜ਼ਰੂਰੀ ਨਹੀਂ ਵੀ ਇਸ ਪਰਿਵਾਰ ਦਾ ਪ੍ਰਧਾਨ ਹੀ ساری ਉਮਰ ਰਹੇ ਉਹ ਦੂਜੇ ਯੋਗ ਅਕਲੀ ਵੀ ਹੈਗੇ ਆ ਪ੍ਰਧਾਨ ਬਦਲ ਜੇ ਫਿਰ ਤਿਆਰਾ ਪੌਰ ਸਾਹਿਬ ਨਹੀਂ ਉਹ ਤਾਂ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ ਲਾਗੂ ਹੋਣਾ ਚਾਹੀਦਾ ਦੇਖੋ ਹੁਣ ਹਰਸਿਮਰਤ ਕੌਰ ਪਹਿਲੀ ਵਾਰੀ ਜਿੱਤਦੀ ਹੈ ਉਹਨਾਂ ਦੇ ਬਾਪ ਨਾਲ ਕੰਮ ਕਰਨ ਵਾਲੇ ਬ੍ਰਹਮਪੁਰਾ ਸਾਹਿਬ ਵੀ ਬਰਾਬਰ ਬੈਠੇ ਆ ਢੀਂਸਾ ਸਾਹਿਬ ਵੀ ਬਰਾਬਰ ਬੈਠੇ ਆ ਤੇ ਮੰਤਰੀ ਹਰਸਿਮਰਤ ਕੌਰ ਬਣਦੀ ਹੈ ਚਲੋ ਨੱਕ ਮੈਕ ਛੋੜਿਆ ਬ੍ਰੇਕ ਲੈ ਲਵਾਂ ਮੈਂ ਬ੍ਰੇਕ ਤੋਂ ਵਾਪਸ ਆਉਂਗਾ ਪੌਰ ਸਾਹਿਬ ਦਾ ਅਗਲਾ ਰਸਤਾ ਕੀ ਹੋਣਾ ਚਾਹੀਦਾ ਹੈ ਜਾਂ ਪੌਰ ਸਾਹਿਬ ਕਿਹੜੇ ਰਸਤੇ ਲਈ ਤਿਆਰ ਹੋ ਰਿਹਾ ਹੈ ਰਾਜਨੀਤੀ ਪੰਜਾਬ ਦੇ ਵਿੱਚ ਸਿਖਰ ਤੇ ਹੈ 2022 ਦੀ ਤ ਇੱਕ ਧਿਰ ਨੇ ਸਿੱਖ ਚਿਹਰੇ ਦਾ ਜ਼ਿਕਰ ਕੀਤਾ ਸੁਦੇਸ਼ਿੰਦਰ ਪੌਰ ਕਿਤੇ ਉਹ ਚਿਹਰਾ ਬਣਤਾ ਨਹੀਂ ਜਾ ਰਿਹਾ ਸਵਾਲ ਵੱਡਾ ਵਾਪਸ ਆ ਰਹੇ ਇੱਕ ਵੇ ਤੁਹਾਡਾ ਸਵਾਲ ਕਰਦੇ ਹਾਂ ਸੁਦੇਸ਼ਿੰਦਰ ਪੌਰ ਸਾਡੇ ਨਾਲ ਹੈਗੇ ਪੌਰ ਸਾਹਿਬ ਆਮ ਆਦੀ ਪਾਰਟੀ ਨੇ ਜ਼ਿਕਰ ਕੀਤਾ ਸਿੱਖ ਚਿਹਰਾ ਹੋਗਾ ਉਹਨਾਂ ਦਾ ਸੀਐਮ ਫੇਸ ਸੁਦੇਸ਼ਿੰਦਰ ਪੌਰ ਆਪਣੇ ਆਪ ਨੂੰ ਉਸ ਰੇਸ ਵਿੱਚ ਸਮਝਦੇ ਆ ਕਿਉਂਕਿ ਅਕਾਲੀ ਦਲ ਬਾਰੇ ਤੁਸੀਂ ਵਾਰ-ਵਾਰ ਕਹਿ ਰਹੇ ਹੋ ਮੈਂ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਮੈਂ ਨਾ ਕਦੇ ਵੀ ਅਹੁਦੇ ਦੇ ਮਗਰ ਨਹੀਂ ਭੱਜਿਆ ਪਰ ਜਿਹੜੀ ਪਿਛਲੀ ਇਲੈਕਸ਼ਨ ਸੀ ਉਹਨਾਂ ਨੂੰ ਪਤਾ ਸੀ ਵੀ ਮੈਂ ਪੈਦਵੀ ਕਰਕੇ ਰਿਜ਼ਾਈਨ ਕੀਤਾ ਕੇਜਰੀਵਾਲ ਸਾਹਿਬ ਮੇਰੇ ਘਰ ਆਏ ਸੀ ਉਹਨਾਂ ਨੇ ਘਰ ਆ ਕੇ ਮੈਨੂੰ ਕਿਹਾ ਸਾਡੀ ਮਦਦ ਕਰੋ ਉਹਨਾਂ ਨੇ ਜਿੱਥੇ ਜਿੱਥੇ ਮੈਨੂੰ ਕਿਹਾ ਮੈਂ ਜਾ ਕੇ ਉਹਨਾਂ ਦੀ ਮਦਦ ਕੀਤੀ ਬੋਲ ਆਇਆ ਸੀ ਜਾ ਕੇ ਸਟੇਜਾਂ ਤੇ ਫਿਰ ਉਹਨਾਂ ਨੇ ਕਿਹਾ ਤੁਹਾਨੂੰ ਸਟੇਟ ਪ੍ਰੈਜ਼ੀਡੈਂਟ ਬਣਾਉਣਾ ਮੈਨੂੰ ਉਹਨਾਂ ਨੇ ਆਪਣੇ ਘਰ ਬੁਲਾਇਆ ਬੁਲਾ ਕੇ ਕਿਹਾ ਮੈਂ ਕਿਹਾ ਜੀ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੇ ਬੰਦਿਆਂ ਨਾਲ ਸਲਾਹ ਕਰੋ ਉਹਨਾਂ ਨੇ ਕੋਈ ਸਲਾਹਾਂ ਕੀਤੀਆਂ ਮੇਰੇ ਨਾਲ ਫਿਰ ਕੋਈ ਕਾਫੀ ਦੇਰ ਪੰਜ ਚਾਰ ਮਹੀਨੇ ਉਹਨਾਂ ਨੇ ਕੋਈ ਮੈਨੂੰ ਖਬਰ ਨਹੀਂ ਦਿੱਤੀ ਤੇ ਅਸੀਂ ਇਧਰੋਂ ਫਿਰ ਪੰਥਕ ਅਸੈਂਬਲੀਆਂ ਸੀ ਕਿ ਪੰਥ ਦਾ ਕੰਮ ਤੇ ਕਰੀਏ ਸੀ ਪੰਥਕ ਅਸੈਂਬਲੀ ਸ਼ੁਰੂ ਕਰਤੀ ਵੀ ਜਿਹੜਾ ਖਿੰਡਿਆ ਪੁੰਡਿਆ ਪੰਥ ਹੈ ਨੂੰ ਤਾਂ ਇਕੱਠਾ ਕਰੀਏ ਕਿਉਂਕਿ ਜਦੋਂ ਜਦੋਂ ਕੋਈ ਪੰਥਕ ਮਸਲਾ ਖੜਦਾ ਸੀ 15 ਤੋਂ ਬਾਅਦ ਲੋਕ ਉਸੇ ਵੇਲੇ ਭੱਜ ਕੇ ਜਾਂ ਅਕਾਲ ਤਖਤ ਕੋ ਜਾਂਦੇ ਸੀ ਜਾਂ ਸ਼੍ਰੋਮਣੀ ਕਮੇਟੀ ਕੋ ਜਾਂਦੇ ਸੀ ਤੇ ਉੱਥੇ ਜਦੋਂ ਪੱਖਪਾਤੀ ਫੈਸਲਾ ਹੋ ਜਾਂਦਾ ਸੀ ਲੋਕ ਨਿਰਾਸ਼ ਹੋ ਜਾਂਦੇ ਸੀ ਅਸੀਂ ਇੱਕ ਪਲੇਟਫਾਰਮ ਸਿਰਜਣ ਦਾ ਯਤਨ ਕੀਤਾ ਵੀ ਪੰਥ ਦੇ ਬੇਸ਼ੱਕ ਵੱਖ-ਵੱਖ ਹਿੱਸੇ ਆ ਜਦੋਂ ਕੋਈ ਸੰਕਟ ਆਵੇ ਉਹ ਸਾਰੇ ਇਕੱਠੇ ਬੈਠ ਕੇ ਫੈਸਲਾ ਲੈਣ ਅਸੀਂ ਉਦੋਂ ਪੰਥਕ ਅਸੈਂਬਲੀਆਂ ਰੱਖ ਦਿੱਤੀਆਂ ਤੇ ਉਧਰ ਉਹ ਦੁਰਗੇਸ਼ ਜੀ ਸਾਡੇ ਘਰ ਆਏ ਇੱਕ ਦੋ ਬੰਦਿਆਂ ਨੂੰ ਲੈ ਕੇ ਮੈਨੂੰ ਕਹਿੰਦੇ ਜਹੀ ਤੁਹਾਡਾ ਅਨਾਉਂਸ ਕਰਨ ਲੱਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਮੈਂ ਹੁਣ ਨਾ ਤੁਸੀਂ ਕਰਿਓ ਕਿਉਂਕਿ ਮੈਂ ਹੁਣ ਇੱਧਰ ਪ੍ਰੋਗਰਾਮ ਬੈੱਡ ਚੁੱਕਾ ਤੁਸੀਂ ਮੈਨੂੰ ਇੱਕ ਪਾਸਾ ਕਰ ਲੈਣ ਮੈਨੂੰ ਹੁਣ ਇੱਧਰ ਸੇਵਾ ਕਰ ਲੈਣ ਦਿਓ ਜਦੋਂ ਤੁਹਾਨੂੰ ਲੋਡ ਹੋ ਗਈ ਫਿਰ ਦੇਖਾਂਗੇ ਇਸ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਹੀਂ ਹੁਣ ਕੋਈ ਕੰਟੈਕਟ ਹੋਇਆ ਤੁਹਾਡੇ ਨਾਲ ਹਾਂ ਮੈਨੂੰ ਮਿਲਦੇ ਰਹਿੰਦੇ ਆ ਮੇਰੇ ਕੋਲ ਸਲਾਹਾਂ ਵੀ ਕਈ ਵਾਰੀ ਇੱਕ ਵਾਰ ਦੋ ਵਾਰੀ ਲਏ ਆ ਪਰ ਮੈਂ ਕਦੀ ਕਿਸੇ ਅਹੁਦੇ ਦੇ ਪਿੱਛੇ ਨਹੀਂ ਭੱਜਿਆ ਤੁਸੀਂ ਚਾਰੋਂ ਆਮ ਆਦਮੀ ਪਾਰਟੀ ਜਾਣ ਦੀ ਮੇਰਾ ਇ ਪੰਜਾਬ ਦਾ ਭਲਾ ਹੈ ਜੇ ਪਿਛੇ ਰਹਿ ਕੇ ਹੋ ਸਕਦਾ ਪਿਛੇ ਰਹਿ ਕੇ ਕਰਨ ਲਈ ਤਿਆਰ ਹੈ ਜੇ ਨੌਜਵਾਨ ਅੱਗੇ ਆ ਜਾਣ ਤੇ ਉਹਨਾਂ ਦਾ ਗਾਈਡ ਬਣ ਕੇ ਕਰਨ ਲਈ ਤਿਆਰ ਹੈ ਮੈਂ ਇਹ ਚਾਹੁੰਦਾ ਪੰਜਾਬ ਦੇ ਵਿੱਚ ਫੈਡਰਲਿਜ਼ਮ ਆਵੇ ਪੰਜਾਬ ਦੇ ਵਿੱਚ ਪੰਜਾਬੀ ਉਹ ਫੈਡਰਲਿਜ਼ਮ ਦੇ ਹਾਮੀ ਹੈਗੇ ਆ ਆਵਾ ਦੀ ਪਾਰਟੀ ਹਾਮੀ ਹੈਗੀ ਇਹ ਜਿਹੜੀਆਂ ਦੋ ਤਿੰਨ ਪਾਰਟੀਆਂ ਇਸ ਵੇਲੇ ਸੱਤਾ ਦੀ ਲੜਾਈ ਲੜ ਰਹੀਆਂ ਨੇ ਤੇ ਸਾਰਿਆਂ ਦੀ ਚਾਬੀ ਦਿੱਲੀ ਹੈ ਤੇ ਮੇਰੀ ਹਮੇਸ਼ਾ ਹੀ ਇੱਛਾ ਰਹੀ ਹੈ ਕਿਉਂਕਿ ਪੰਜਾਬ ਦੇ ਹਾਲਾਤ ਹੋਰ ਤਰ੍ਹਾਂ ਦੇ ਆ ਪੰਜਾਬ ਦੀਆਂ ਆਪਣੀਆਂ ਮੰਗਾਂ ਪੰਜਾਬ ਦਾ ਪਾਣੀ ਜਿਹੜਾ ਉਹ ਖਤਮ ਹੋ ਰਿਹਾ ਪੰਜਾਬ ਦਾ ਪਾਣੀ ਜ਼ਰੀਲਾ ਹੋ ਰਿਹਾ ਇਹ ਕਿਸੇ ਦੇ ਏਜੰਡੇ ਤੇ ਨਹੀਂ ਹੈ ਸਿਰਫ ਬਿਜਲੀ ਫਰੀ ਦੇ ਕਿੰਨੀ ਗੱਲ ਬਣਨੀ ਪੰਜਾਬ ਦੀ ਇੱਥੇ ਬਹੁਤ ਕੁਝ ਕਰਨ ਦੀ ਲੋ ਤੁਸੀਂ ਮੁਖਾਲਫਤ ਕਰ ਦਿਓ ਮੈਂ ਬਿਜਲੀ ਫਰੀ ਦੇ ਏਜੰਡੇ ਦੀ ਮੈਂ ਇਹ ਸਮਝਦਾ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਮੁਕਤ ਵੰਗਰ ਦੇਖੋ ਤੁਹਾਡੇ ਕਗਰ ਕਗਰ ਹਰ ਵਾਰੀ ਤਬਾਹੀ ਮਚਾਉਂਦਾ ਹਰ ਵਾਰੀ ਕੰਪਨਸੇਸ਼ਨਸ ਹੁੰਦੀਆਂ ਹਰ ਵਾਰੀ ਬਰਬਾਦੀ ਹੁੰਦੀ ਹੈ ਘਰਾਂ ਦੇ ਘਰ ਉਜੜਦੇ ਇਸੇ ਤਰ੍ਹਾਂ ਰਾਵੀ ਦਾ ਬਿਆਸ ਦਾ ਤੇ ਸਤਲੁਜ ਦਾ ਪਾਣੀ ਪਾਕਿਸਤਾਨ ਨੂੰ ਚਲੇ ਜਾਂਦਾ ਵੇਸਟ ਚਲੇ ਜਾਂਦਾ ਤੇ ਕੀ ਇਹਨਾਂ ਦੇ ਉੱਤੇ ਡੈਮ ਨਹੀਂ ਬਣ ਸਕਦੇ ਨਵੀਆਂ ਨਹਿਰਾਂ ਨਹੀਂ ਨਿਕਲ ਸਕਦੀਆਂ ਜਿਹੜਾ ਅਸੀਂ ਧਰਤੀ ਦਾ ਪਾਣੀ ਬੋਰਾ ਨਾਲ ਹੀ ਕੱਢ ਕੱਢ ਕੇ ਖਤਮ ਕਰ ਲਿਆ ਆਟਾ ਦਾਲ ਫਰੀ ਦੇਣ ਨਾਲੋਂ ਤੇ ਜੇ ਪਾਣੀ ਬਚਾ ਲਿਆ ਜਾਵੇ ਜਿਹੜੀ ਧਰਤੀ ਪੰਜਾਬ ਦੇ ਪਾਣੀਆਂ ਕਰਕੇ ਜਾਣੀ ਜਾਂਦੀ ਹੈ ਇਹ ਬੇਸਟ ਜਾ ਰਿਹਾ ਔਰ ਹਰ ਬਰੀ ਬਰਬਾਦੀ ਕਰ ਰਿਹਾ ਅੱਜ ਅਫਸੋਸ ਹੋ ਰਿਹਾ ਤੁਸੀਂ ਉਸ ਪਾਰਟੀ ਵੇਸੀ ਜਿਨ੍ਹਾਂ ਨੇ ਟਿਊਬਲ ਫਰੀ ਦਿੱਤੇ ਆ ਟਿਊਬਲ ਕਨੈਕਸ਼ਨ ਦਿੱਤੇ ਆ ਆਟਾ ਦਾਲ ਦੀ ਤੁਸੀਂ ਗੱਲ ਕਰਦੇ ਹੋ ਅੱਜ ਅਫਸੋਸ ਹੋ ਰਿਹਾ ਤੁਹਾਨੂੰ ਜਦੋਂ ਉਹਨਾਂ ਫੈਸਲੇ ਵਿੱਚ ਤੁਸੀਂ ਸਾਹਮਣੇ ਜਦੋਂ ਜਦੋਂ ਇਹ ਜਦੋਂ ਇਹ ਬਿਜਲੀ ਦੇ ਫਰੀ ਦਿੱਤੇ ਨਾ ਬਿਜਲੀ ਮੋਟਰਾਂ ਉਸੀ ਵੇਲੇ ਖਟਕੜਕਣਾ ਆਈ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਥੇ ਸਟੇਜ ਦੇ ਉੱਤੇ ਸਾਡੇ ਵੱਲੋਂ ਸਰਦਾਰ ਜਤਿੰਦਰ ਸਿੰਘ ਕ੍ਰੀਆ ਉਸ ਵੇਲੇ ਐਸਪਾਇਰੈਂਸੀ ਟਿਕਟ ਤੇ ਉਹਨਾਂ ਨੇ ਸਾਡੇ ਵੱਲੋਂ ਕਿਹਾ ਸੀ ਵੀ ਬਾਦਲ ਸਾਹਿਬ ਲੋਕ ਬਿਜਲੀ ਮੁਫਤ ਨਹੀਂ ਮੰਗਦੇ ਲੋਕ ਜਿਹੜੇ ਆ ਬਿਜਲੀ ਰੈਗੂਲਰ ਮੰਗਦੇ ਆ ਔਰ ਅਸੀਂ ਸੁਝਾਅ ਦਿੱਤਾ ਸੀ ਉਹਨਾਂ ਨੂੰ ਵੀ ਸਾਡੀ ਸਾਨੂੰ ਪਤਾ ਸੀ ਇਸ ਗੱਲ ਦਾ ਵੀ ਜਦੋਂ ਬਿਜਲੀ ਲੋਕ ਬਿੱਲ ਦਿੰਦੇ ਸੀ ਨਾ 5 ਹਾਰਸ ਪਾਵਰ ਦੀ ਮੋਟਰ ਦਾ 2500 ਰੁਪਿਆ ਬਿੱਲ ਹੁੰਦਾ ਸੀ ਮਹੀਨੇ ਦਾ 240 ਰੁਪਏ ਤੇ ਉਸ ਵੇਲੇ ਟਰਾਂਸਫਾਰਮਰ ਵੀ ਸਰਕਾਰ ਲਾਉਂਦੀ ਸੀ ਬੋਰਡ ਲਾਉਂਦਾ ਸੀ ਤਾਰਾਂ ਵੀ ਬੋਰਡ ਲਾਉਂਦਾ ਸੀ ਖੰਭੇ ਵੀ ਬੋਰਡ ਲਾਉਂਦਾ ਸੀ ਤੇ ਇਹ ਸਾਰਾ ਇਹ ਖਰਚਾ ਹੁਣ ਜ਼ਿੰਮੇਵਾਰ ਦੇ ਉੱਤੇ ਪੈਂਦਾ ਜਿਹਨੇ ਲਾਉਣਾ ਉਹਦਾ 2.5 ਲੱਖ ਰੁਪਏ ਪਹਿਲਾਂ ਹੀ ਲੱਗ ਜਾਂਦਾ ਤੇ ਜੇ 240 ਰੁਪਏ ਦੇ ਕੇ ਸਾਰਾ ਕੁਝ ਲੱਗਦਾ ਸੀ ਹੁਣ ਉਹ ਸਾਰਾ ਕੁਝ ਪੱਲਿਓਂ ਲਾ ਕੇ ਜਿਹੜਾ 3 3 ਲੱਖ ਰੁਪਏ ਲੱਗਿਓ ਉਹ ਤਾਂ 100 ਸਾਲ ਤੀ ਨਹੀਂ ਸੀ ਦੇਣਾ ਉਹਨੇ ਤੇ ਸਰਕਾਰ ਨੇ ਆਪਣੇ ਹੱਥ ਛੱਡ ਲਏ ਬੋਰਡ ਨੇ ਆਪਣੇ ਹੱਥ ਛੱਡ ਲਏ ਬੋਰਡ ਕੋਈ ਤਾਰ ਨਹੀਂ ਲਾਉਂਦਾ ਕੋਈ ਟਰਾਂਸਫਾਰਮਰ ਨਹੀਂ ਲਾਉਂਦਾ ਕੋਈ ਖੰਭਾ ਨਹੀਂ ਲਾਉਂਦਾ ਤੇ ਫੇ ਇੱਕ ਇੱਕ ਪਾਸੇੋਂ ਦੇ ਤਾ ਦੂਜੇ ਪਾਸੇ ਲੈ ਲਿਆ ਮੈਂ ਸਵਾਲ ਤੁਹਾਨੂੰ ਵਾਰ-ਵਾਰ ਇਸ ਕਰਕੇ ਕਰ ਰਿਹਾ ਕਿ ਤੁਹਾਡਾ ਹੁਣ ਰਸਤਾ ਹੈ ਕੀ ਹੈ ਮੈਂ ਰਾਜਨੀਤੀ ਵਿੱਚ ਵਾਪਸੀ ਕਰਨੀ ਹੈ ਤੁਸੀਂ ਜਾਂ ਨਹੀਂ ਕਰਨੀ ਨਹੀਂ ਮੈਂ ਇਹ ਸਮਝਦਾ ਹਾਂ ਵੀ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਦਾ ਨਾ ਏਜੰਡਾ ਹੋਣਾ ਚਾਹੀਦਾ ਅਜੇ ਮੈਨੂੰ ਉਹ ਨਜ਼ਰ ਨਹੀਂ ਆ ਰਿਹਾ ਕਿਸੇ ਪਾਸਿਓਂ ਜਿਸ ਦਿਨ ਆਇਆ ਉਸ ਦਿਨ ਮੈਂ ਵਿਚਾਰ ਵੀ ਕਰ ਲਊਗਾ ਕਿਉਂਕਿ ਪੰਜਾਬ ਦੇ ਹਿੱਤ ਮੰਗ ਕਰਦੇ ਆ ਵੀ ਸਾਨੂੰ ਜਿਹੜਾ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੈ ਉਹਨੂੰ ਰੁਜ਼ਗਾਰ ਮਿਲਣਾ ਚਾਹੀਦਾ ਜਿਹੜਾ ਇਹ ਇਸ ਸਿਸਟਮ ਚੇਂਜ ਹੋਣਾ ਹੈ ਇਸ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਨਹੀਂ ਹੋ ਰਹੀ ਦੇਖੋ ਮੈਂ ਇੱਕ ਵਾਰੀ ਸੁਝਾਅ ਦਿੱਤਾ ਸੀ ਅਕਾਲੀ ਦਲ ਨੂੰ ਵੀ ਵੀ ਦੇਖੋ ਸਾਡੇ ਬੱਚੇ ਕਈ ਵਾਰੀ ਐਦਾਂ ਹੁੰਦਾ ਵੀ ਐਜੂਕੇਸ਼ਨਲ ਸਿਸਟਮ ਸਾਡਾ ਇੰਨਾ ਫਾਲਟੀ ਆ ਉਹ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸੋਚਦੇ ਵੀ ਕੀ ਕਰੀਏ ਰੋਟੀ ਕਿੱਦਾਂ ਖਾਣੀ ਮੈਂ ਸੁਝਾਅ ਦਿੱਤਾ ਸੀ ਵੀ ਮਿਡਲ ਤੋਂ ਬਾਅਦ ਵੋਕੇਸ਼ਨਲ ਕੋਰਸਸ ਹਰ ਸਕੂਲ ਦੇ ਵਿੱਚ ਸ਼ੁਰੂ ਕਰ ਦਿੱਤੇ ਜਾਣੇ ਚਾਹੀਦੇ ਨਾਲ ਨਾਲ ਬੱਚਾ ਪੜੇ ਪਲੱਸ 2 ਤੱਕ ਨਾਲ ਦੀ ਨਾਲ ਉਹ ਕੋਈ ਵੋਕੇਸ਼ਨਲ ਕੋਰਸ ਲੈ ਲਵੇ ਕੋਈ ਪੇਂਟਿੰਗ ਲੈ ਲਵੇ ਕੋਈ ਮੋਟਰ ਮਕੈਨਿਕੀ ਲੈ ਲਵੇ ਕੋਈ ਪਲੰਬਿੰਗ ਲੈ ਲਵੇ ਕੋਈ ਕੋਈ ਹੋਰ ਆਪਣੇ ਕਾਰਪੈਂਟਰੀ ਲੈ ਲਵੇ ਕੁਝ ਵੀ ਲੈ ਲਵੇ ਉਹ ਨਾਲ ਨਾਲ ਪੜੀ ਜਾਏ ਨਾਲ ਨਾਲ ਸਕਿੱਲ ਸਿੱਖੀ ਜਾਏ 12ਵੀਂ ਤੋਂ ਬਾਅਦ ਜੇ ਪੋਟੈਂਸ਼ੀਅਲ ਹੈਗਾ ਤਾਂ ਯੂਨੀਵਰਸਿਟੀ ਜਾਵੇ ਨਹੀਂ ਤਾਂ ਸਪਾਰਸ਼ੀ ਐਡਮਿਸ਼ਨ ਨਾਲ ਲਵੇ ਨਹੀਂ ਤੇ ਆਪਣਾ ਕੰਮ ਕਰਕੇ ਰੋਟੀ ਖਾਵੇ ਸਾਡੇ ਕੋਲ ਕਿਰਤੀ ਘਟ ਰਹੇ ਦੂਜੇ ਸੂਬਿਆਂ ਤੋਂ ਆ ਕੇ ਲੋਕ ਕਿਰਤ ਕਰਕੇ ਇਥੇ ਆਪਣਾ ਟੱਬਰ ਪਾ ਰਹੇ ਅਸੀਂ ਕਿਰਤੀ ਬਾਹਰ ਭੇਜ ਰਹੇ ਹਾਂ ਅਸੀਂ ਆਪ ਸਾਡੇ ਕਿਰਤੀ ਇਸ ਕਰਕੇ ਬਾਹਰ ਜਾ ਰਹੇ ਕਿਉਂਕਿ ਸਾਡੇ ਕੋਲ ਉਹਨਾਂ ਨੂੰ ਸਾਂਭਣ ਦੀ ਕੋਈ ਸਮਰੱਥਾ ਨਹੀਂ ਅਸੀਂ ਉਹਨਾਂ ਨੂੰ ਸਾਂਭ ਨਹੀਂ ਰਹੇ ਬੱਚੇ ਸਾਡੇ ਹੀ ਆ ਉਹ ਬਾਹਰ ਜਾ ਕੇ ਫਿਰ ਕਾਮਯਾਬ ਹੋ ਜਾਂਦੇ ਬਾਹਰ ਜਾ ਕੇ ਉਹ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਡਿਫੈਂਸ ਮਿਨਿਸਟਰ ਵੀ ਬਣ ਜਾਂਦੇ ਆ ਮਿਨਿਸਟਰ ਵੀ ਬਣ ਜਾਂਦੇ ਪ੍ਰੀਮੀਅਰ ਵੀ ਬਣ ਜਾਂਦੇ ਤੇ ਇਥੇ ਅਸੀਂ ਉਹਨਾਂ ਨੂੰ ਸਾਂਭ ਨਹੀਂ ਰਹੇ ਤੁਹਾਡਾ ਫਰਜ਼ੰਦ ਵੀ ਇਥੇ ਇਲੈਕਸ਼ਨ ਲੜ ਰਿਹਾ ਹੈ ਹਾਂ ਉਹ ਇਸੇ ਕਰਕੇ ਮੈਂ ਉਹਨਾਂ ਨੇ ਜਿਆਦਾ ਦੀ ਪੋਲਿਟਿਕਸ ਆ ਦੇ ਫਰ ਜਾਣ ਨੂੰ ਕਿਉਂ ਨਹੀਂ ਰੱਖਿਆ ਤੁਸੀਂ ਨਹੀਂ ਉੱਥੇ ਵੀ ਉਹ ਪੰਥਿਕ ਪੋਲਿਟਿਕਸ ਕਰ ਰਹੇ ਹਾਂ ਉੱਥੇ ਵੀ ਉਹ ਪੰਥ ਨਹੀਂ ਛੱਡਿਆ ਉਹਨਾਂ ਨੇ ਉਹ ਗੁਰਦੁਆਰੇ ਦਾ ਪ੍ਰਧਾਨ ਵੀ ਹੈ ਉੱਥੇ ਤੇ ਉਹਨਾਂ ਨੇ ਜੋ ਗੁਰੂ ਨਾਨਕ ਦਾ ਹੁਕਮ ਹੈ ਆ ਜੋ ਕੋਵਿਡ ਦੇ ਵਿੱਚ 50000 ਮੀਲ ਹੁਣ ਤੱਕ ਉਹ ਦੇ ਚੁੱਕੇ ਆ ਲੋੜਵੰਦਾਂ ਨੂੰ ਔਰ ਸਰਕਾਰ ਨੇ ਉਹਨਾਂ ਨੂੰ ਰੈਕਗਨਾਈਜ਼ ਕੀਤਾ ਕਿਤੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਫਰਜੰਦ ਪੰਜਾਬ ਦੀ ਪਾਰਟੀ ਸਿਚੇਸਾ ਲਵੇ ਮੈਂ ਮੈਂ ਚਾਹਨਾ ਮੈਂ ਹਮੇਸ਼ਾ ਹੀ ਚਾਹਨਾ ਮੇਰੇ ਬੱਚੇ ਵਾਪਸ ਵੀ ਆ ਸਕਦੇ ਆ ਪਰ ਮੇਰੇ ਬੱਚਿਆਂ ਵਾਂਗਰ ਹੋਰ ਵੀ ਬੱਚੇ ਬਹੁਤ ਹੈ ਜਿਨ੍ਹਾਂ ਨੂੰ ਇੱਥੇ ਮਾਹੌਲ ਨਹੀਂ ਮਿਲਦਾ ਉਹ ਚਲੇ ਜਾ ਰਹੇ ਕਿਉਂਕਿ ਮਾਹੌਲ ਨਾ ਤੇ ਇੱਥੇ ਉਸ ਪੱਦਰ ਦੀਆਂ ਹੁਣ ਇੱਥੇ ਸਿਰਫ ਆਟਾ ਦਾਲ ਜਾਂ ਬਿਜਲੀ ਮੁਫਤ ਦੇ ਨਾਲ ਗੱਲ ਤਾਂ ਬਣ ਨਹੀਂ ਸਕਦੀ ਨਾ ਇੱਥੇ ਚਾਹੀਦਾ ਇਹ ਆ ਵੀ ਜੇ ਬੱਚੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਲਈ ਜਿਵੇਂ ਹੁਣ ਆਈਟੀਆਈਸ ਹੈਗੀਆਂ ਇੱਕ ਤਾਂ ਸਿਸਟਮ ਉਹਦਾ ਇਹ ਹੋ ਸਕਦਾ ਵੇ ਤੁਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ 8ਵੀਂ ਤੋਂ ਬਾਅਦ ਵੋਕੇਸ਼ਨਲ ਕੋਰਸ ਸ਼ੁਰੂ ਕਰ ਦੇਓ। ਦੂਜਾ ਇਹ ਆ ਵੀ ਪਿੰਡਾਂ ਦੇ ਵਿੱਚ ਇਹ ਟੈਕਨੀਕਲ ਕੈਂਪ ਲੱਗ ਸਕਦੇ ਆ ਸਰਕਾਰ ਕੋਲ ਸਾਧਨ ਹੈ ਵੀ ਜਿਹੜੇ ਬੰਦੇ ਵੀ ਧੰਦਾ ਸਿੱਖਣਾ ਚਾਹੁੰਦੇ ਆ ਅਸੀਂ ਡੇਰੀ ਡਵੈਲਪਮੈਂਟ ਦੀ ਕੋਈ ਕੋਈ ਡੇਰੀ ਦੀ ਟ੍ਰੇਨਿੰਗ ਦੇਣੇ ਆ ਕਿਸੇ ਨੂੰ ਕੁਝ ਦੇਣੇ ਆ ਇਹ ਫ੍ਰੀ ਆਫ ਕਾਸਟ ਚਾਹੀਦਾ। ਸਰਕਾਰ ਪਹਿਲਾਂ ਪਾਲਿਸੀ ਬਣਾਵੇ ਵੀ ਸਾਨੂੰ ਕੀ ਚਾਹੀਦਾ ਕਿਵੇਂ ਅਸੀਂ ਬੱਚਿਆਂ ਨੂੰ ਅਡਜਸਟ ਤੁਸੀਂ ਚਾਹੁੰਦੇ ਐਜੂਕੇਸ਼ਨ ਹੈਲਥ ਆ ਫ੍ਰੀ ਹੋਵੇ। ਤੇ ਜਿਹੜੀਆਂ ਬਿਜਲੀ ਮੁਫਤ ਵਾਲੀਆਂ ਇਹ ਸਭ ਏਜੰਡੇ ਬੰਦ ਕਰ ਦੇਣੇ ਚਾਹੀਦੇ। এডੂਕੇਸ਼ਨ ਬਾਈ ਹਰ ਬੱਚੇ ਦਾ ਅਧਿਕਾਰ ਹੈ ਉਹਨੂੰ ਮਿਲਣੀ ਚਾਹੀਦੀ ਹੈ। ਠੀਕ। ਤੇ ਜਿਹੜਾ ਬੰਦਾ ਬਿਮਾਰ ਹੈ ਉਹਨੂੰ ਇਲਾਜ ਮਿਲਣਾ ਚਾਹੀਦਾ। ਇਦਾਂ ਨਹੀਂ ਹੋਣਾ ਚਾਹੀਦਾ ਵੀ ਹਸਪਤਾਲ ਹੈ ਤਾਂ ਡਾਕਟਰ ਹੈ ਨਹੀਂ, ਡਾਕਟਰ ਹੈ ਤਾਂ ਦਵਾਈ ਹੈ ਨਹੀਂ। ਜਿਹੜੀਆਂ ਧਿਰਾਂ ਪੰਜਾਬ ਵਿੱਚ ਇਸੂ ਸਰਗਰਮ ਹੈਗੀਆਂ। ਇੱਕ ਧਿਰ ਦਾਸ ਜਿਹੜੀ ਜਿੰਨਾ ਏਜੰਡਾ ਪੰਜਾਬ ਦਾ ਹੈ। ਅਜੇ ਤੱਕ ਤਾਂ ਕੋਈ ਨਜ਼ਰ ਨਹੀਂ। ਚਲੋ ਮੈਂ ਇੱਕ ਹੋਰ ਛੋੜਿਆ ਬ੍ਰੇਕ ਲਊਗਾ ਬ੍ਰੇਕ ਤੋਂ ਵਾਪਸ ਆਵਾਂਗੇ। ਐਸਡੀਪੀਸੀ ਬਹੁਤ ਮਹੱਤਵਪੂਰਨ ਸਵਾਲ ਹੈ ਐਸਪੀਸੀਆਂ ਚੋਣਾ ਤੇ ਐਸਡੀਪ ਦੀਆਂ ਚੋਣਾ ਜਿਹੜਾ ਐਕਟ ਕਰਵਾਉਂਦਾ ਹੈ ਉਹ ਹੀ ਬੜੇ ਮਹੱਤਵਪੂਰਨ ਸਵਾਲ ਹੈ ਸੁਦੇਸ਼ ਸਿੰਘ ਪੌਰ ਨੂੰ ਸਭ ਕੁਝ ਅੰਦਰਲਾ ਪਤਾ ਇਹ ਉਹਨਾਂ ਸ਼ਕਤੀਆਂ ਵਿੱਚ ਸਮਰ ਰਹੇ ਆ ਜਿਹੜੇ ਉੱਥੇ ਮਤੇ ਪੁੰਦਦੇ ਰਹੇ ਆ ਤੇ ਇਹਨਾਂ ਦੀ ਸੁਝਾਅ ਵੀ ਮੰਨੇ ਜਾਂਦੇ ਸੀਗੇ ਤੇ ਉਹ ਸੁਝਾਅ ਅਕਾਲੀ ਦਲ ਨੇ ਕਿੰਨੇ ਮੰਨੇ ਸਵਾਲ ਇਹ ਬੜਾ ਮਹੱਤਵਪੂਰਨ ਆ ਵਾਪਸ ਹੋ ਰਿਹਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆ ਆਖਰੀ ਹਿੱਸੇ ਵਿੱਚ ਅਸੀਂ ਸtdev ਸਿੰਘ ਪੌਰ ਐਸਡੀਪੀ ਦੀਆਂ ਚੋਣਾ ਜਿਹੜੇ ਐਕਟ ਦੇ ਤਹਿਤ ਹੁੰਦੀਆਂ ਉਹ ਕੇਂਦਰੀ ਕਾਨੂੰਨ ਸਵਾਲ ਇਹ ਹੈ ਕਹਿ ਕੇ ਜੇ ਅਸੀਂ ਸੂਬੇ ਦੇ ਅਧਿਕਾਰਾਂ ਦੀ ਗੱਲ ਕਰਦੇ ਆਂ ਸੰਘਟਾਂਚੇ ਦੀ ਗੱਲ ਕਰਦੇ ਆਂ ਤੇ ਬਹੁਤ ਵੱਡਾ ਮੁੱਦਾ ਹੈ ਜਿਹਨੂੰ ਬਹੁਤ ਵਾਰ ਵਿਸਾਰਿਆ ਗਿਆ ਤੁਸੀਂ ਮੇਰੇ ਨਾਲ ਕਈ ਵਾਰ ਡਿਬੇਟ ਵਿੱਚ ਇਹ ਇਸ਼ੂ ਚੱਕਿਆ ਵੀ ਹੈ ਤੁਹਾਡੇ ਤੁਹਾਡਾ ਸੁਝਾਅ ਅਕਾਲੀ ਦਲ ਨੇ ਮੰਨਿਆ ਨਹੀਂ ਜਾਂ ਅਕਾਲੀ ਦਲ ਨੂੰ ਤੁਸੀਂ ਸੁਝਾਅ ਦਿੱਤਾ ਨਹੀਂ ਨਹੀਂ ਦੇਖੋ ਇਦਾਂ ਹੁੰਦਾ ਵੀ ਜਿਹੜਾ ਜਿਸ ਸੰਸਥਾ ਦੇ ਉੱਤੇ ਕਾਬਜ ਹੋਵੇ ਨਾ ਉਹ ਕਬਜ਼ਾ ਨਹੀਂ ਛੱਡਣਾ ਚਾਹੁੰਦਾ ਲੋਕ ਹਿੱਤ ਕੀ ਕਹਿੰਦੇ ਆ ਉਹਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਜਿਹੜਾ ਤੁਸੀਂ ਕੇਂਦਰੀ ਕਾਨੂੰਨ ਦੀ ਗੱਲ ਕਰਦੇ ਆ ਨਾ ਇਹ 1947 ਤੋਂ ਪਹਿਲਾਂ ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਗੁਰਦੁਆਰਾ ਐਕਟ 1925 ਪਾਕਿਸਤਾਨ ਦੇ ਗੁਰਦੁਆਰਿਆਂ ਤੇ ਵੀ ਲੱਗਦਾ ਸੀ ਤੇ ਹਿੰਦੁਸਤਾਨ ਦੇ ਗੁਰਦੁਆਰਿਆਂ ਤੇ ਵੀ ਲੱਗਦਾ ਸੀ ਜਦੋਂ ਵੰਡ ਹੋ ਗਈ ਪੰਜਾਬ ਇੱਧਰ ਬਣ ਗਿਆ ਤੇ ਉਸ ਵੇਲੇ ਕਿਉਂਕਿ ਜਦੋਂ 1966 ਦੇ ਵਿੱਚ ਪੰਜਾਬ ਦੇ ਤਿੰਨ ਹਿੱਸੇ ਹੋ ਗਏ ਚੌਥਾ ਯੂਟੀ ਬਣ ਗਿਆ ਇੱਕ ਪੰਜਾਬ ਹਰਿਆਣਾ ਹਿਮਾਚਲ ਤੇ ਇੱਕ ਯੂਟੀ ਯੂਟੀ ਦੀ ਇੱਕ ਸੀਟ ਹੈ ਹਿਮਾਚਲ ਦੀ ਵਿੱਚ ਇੱਕ ਉਨਾ ਤਹਿਸੀਲ ਦੀ ਇੱਕ ਸੀਟ ਹੈ ਪੰਜਾਬ ਤੇ ਹਰਿਆਣਾ ਜਦੋਂ ਕੋਈ ਵੀ ਮਸਲਾ ਇੰਟਰ ਸਟੇਟ ਹੁੰਦਾ ਇਹ 1925 ਦਾ ਐਕਟ ਸਟੇਟ ਐਕਟ ਹੈ ਤੇ ਜਦੋਂ ਇੰਟਰ ਸਟੇਟ ਹੋ ਜਾਂਦਾ ਇਹ ਫਿਰ ਸੈਂਟਰ ਦੀ ਹੋਮ ਅਫੀਸਟਰੀ ਦੇ ਥੱਲੇ ਚਲੇ ਜਾਂਦਾ ਇਹ ਹੋਮ ਅਫੀਸਟਰੀ ਦੇ ਥੱਲੇ ਇਸ ਕਰਕੇ ਕੇਂਦਰ ਦਾ ਦਖਲ ਹੈ ਇਸ ਐਕਟ ਦੇ ਵਿੱਚ ਕੇਂਦਰ ਆਪਣੇ ਦਖਲ ਰਹੀ ਚੋਣ ਕਰਾਉਂਦੀ ਹੈ ਆਪਣੇ ਦਖਲ ਦੇ ਰਹੀ ਸਾਰਾ ਕੁਝ ਉਹ ਸਿਸਟਮ ਇੱਥੋਂ ਦੇ ਧਿਰਾ ਕਿਉਂ ਨਹੀਂ ਚਾਹੁੰਦੀ ਅਗੇ ਸਟੇਟ ਐਕਟ ਹੋਵੇ ਹਾਂ ਮੈਂ ਉਹ ਦੱਸਦਾ ਜਿਹੜਾ 1966 ਦੇ ਵਿੱਚ ਜਦੋਂ ਪੰਜਾਬ ਬਣਿਆ ਨਾ ਜਿਹਨੂੰ ਪੁਨਰਗਠਨ ਐਕਟ ਕਹਿੰਦੇ ਆਪਾਂ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਇਹ ਹੈ ਵੀ ਜਿੰਨੀ ਦੇਰ ਸਟੇਟਸ ਆਪਣਾ ਐਕਟ ਨਹੀਂ ਬਣਾ ਲੈਂਦੀ ਓਨੀ ਦੇਰ ਇਸ ਐਕਟ ਥੱਲੇ ਕੰਮ ਚੱਲੇਗਾ ਜਦੋਂ ਸਟੇਟ ਬਣਾ ਲੈਣਗੀਆਂ ਫਿਰ ਉਹਨਾਂ ਦਾ ਸਟੇਟ ਐਕਟ ਬਣ ਜਾਏਗਾ ਇਹਦੇ ਥੱਲੇ ਜਿਹੜੀ ਹੁੱਡਾ ਗਵਰਨਮੈਂਟ ਹੈ ਉਹਨੇ ਹਰਿਆਣਾ ਕਮੇਟੀ ਦਾ ਐਕਟ ਬਣਾਇਆ ਜਿਦਾ ਹੁਣ ਜਿਹੜੀ ਹਰਿਆਣਾ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ ਜਿਹੜੀ ਹੁਣ ਈਅਰਲੀ ਹੋਈ ਹੈ ਹੁਣ ਬਾਅਦ ਚ ਹੋਈ ਹੈ ਫਿਰ ਜੀ ਪਿੱਛੇ ਓਕੇ ਹਟ ਗਈ ਉਹ ਸੈਂਟਰ ਨੇ ਨਹੀਂ ਕਰਾਈ ਉਹ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੇ ਕਰਾਈ ਤੇ ਮੈਨੂੰ ਤੇ ਇਹ ਲੱਗਦਾ ਸੀ ਵੀ ਜਿਹੜਾ ਕੇਂਦਰ ਦਾ ਦਖਲ ਖਤਮ ਕਰਾਉਣ ਲਈ ਇਸੇ ਹੀ ਰਾਹ ਪੰਜਾਬ ਦੀ ਸਰਕਾਰ ਵੀ ਸਟੇਟ ਐਕਟ ਬਣਾ ਦੇਊਗੀ ਜਿਹਦੇ ਵਿੱਚ ਕੇਂਦਰ ਦਾ ਦਖਲ ਖਤਮ ਹੋ ਜਾਊਗਾ ਇਹ ਜ਼ਰੂਰੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਕੋਲੋਂ ਕੁਝ ਗੁਰਦੁਆਰੇ ਖੁੱਸ ਜਾਣਗੇ ਉਹਨਾਂ ਤੇ ਵੀ ਪ੍ਰਬੰਧ ਸਿੱਖਾਂ ਨੇ ਹੀ ਕਰਨਾ ਨਾ ਜੇ ਪੰਜਾਬ ਦੇ ਨੇ ਕਰ ਲਿਆ ਜਾਂ ਹਰਿਆਣਾ ਦੇ ਨੇ ਕਰ ਲਿਆ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿੱਥੇ ਐਕਟ ਨਹੀਂ ਹੈ ਉੱਥੇ ਵੀ ਤਾਂ ਸਿੱਖ ਬਸਦੇ ਜਾਂ ਨਾ ਉੱਥੇ ਵੀ ਪ੍ਰਬੰਧ ਚੱਲਦਾ ਇਹ ਬਹੁਤ ਵੱਡੀ ਗੱਲ ਨਹੀਂ ਸੀ ਉਹਨੂੰ ਛੱਡ ਦੇਣਾ ਚਾਹੀਦਾ ਸੀ ਜੇ ਪੰਜਾਬ ਦਾ ਸਟੇਟ ਐਕਟ ਬਣ ਜਾਏ ਤੇ ਉਹਦੇ ਨਾਲ ਹੋਏਗਾ ਕਿ ਵੀ ਪੰਜ ਦੀ 5 ਸਾਲ ਬਾਅਦ ਹਰ 5 ਸਾਲ ਬਾਅਦ ਚੋਣ ਹੋਏਗੀ ਤੇ ਦੂਜਾ ਸੈਂਟਰ ਦਾ ਦਖਲ ਖਤਮ ਹੋ ਜਾਏ ਤੇ ਅਕਾਲੀ ਦਲ ਨੇ ਕਿਉਂ ਨਹੀਂ ਚਾਇਆ ਹੈ ਅਕਾਲੀ ਦਲ ਦਾ ਪ੍ਰਬੰਧ ਹੈ ਸ਼੍ਰੋਮਣੀ ਕਮੇਟੀ ਉਹਨਾਂ ਦੀ ਇੱਕ ਬਹੁਤ ਵੱਡੀ ਧਿਰ ਹੈ ਉਹਨਾਂ ਦੀ ਪੋਲਿਟਿਕਸ ਦਾ ਬਹੁਤ ਵੱਡਾ ਆਧਾਰ ਸ਼੍ਰੋਮਣੀ ਕਮੇਟੀ ਕਾਂਗਰਸ ਨੂੰ ਸੁਝਾ ਦਿੱਤਾ ਤੁਸੀਂ ਮੈਂ ਇਹਨੂੰ ਕਈ ਵਾਰੀ ਕਈਆਂ ਸੱਜਣਾਂ ਨੂੰ ਪੁੱਛਿਆ ਤਾਂ ਸੁਝਾ ਦੇਣ ਦੀ ਲੋੜ ਹੀ ਨਹੀਂ ਹੁਣ ਤਾਂ ਹਰਿਆਣਾ ਦੀ ਮਿਸਾਲ ਸਾਹਮਣੇ ਹੈ ਉਹ ਤਿਆਰ ਹੀ ਨਹੀਂ ਹੈਗੇ ਕਿ ਪੰਜਾਬ ਨੂੰ ਪੰਜਾਬ ਦੇ ਅਧਿਕਾਰ ਪਤਾ ਨਹੀਂ ਉਹਨਾਂ ਦਾ ਇੰਟਰਸਟ ਹੋਵੇਗਾ ਜਦੋਂ ਹੋਵੇ ਆਮ ਆਦੀ ਪਾਰਟੀ ਤਿਆਰ ਹੋ ਸਕਦੀ ਹੈ ਮੈਨੂੰ ਨਹੀਂ ਲੱਗਦਾ ਮੇਰੀ ਉਹਨਾਂ ਨਾਲ ਕਦੀ ਗੱਲ ਨਹੀਂ ਹੋਈ ਐ ਇਸੇ ਕਰਕੇ ਤੁਹਾਨੂੰ ਸਵਾਲ ਵਾਰ-ਵਾਰ ਕਰ ਰਿਹਾ ਜਿੰਨੇ ਬੇਅਦਬੀ ਦੇ ਖਿਲਾਫ ਲੋਕ ਖੜੇ ਹੋਏ ਆਮ ਆਦੀ ਪਾਰਟੀ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਖੜਾ ਕਰਨਾ ਚਾਹੁੰਦੀ ਹੈ ਤੇ ਸੁਦੇਸ਼ ਸਿੰਘ ਭੌਰ ਉਹਨਾਂ ਵੱਡੇ ਆਗੂਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਉਦੋਂ ਸਤੀਫਾ ਦਿੱਤਾ ਸੀ ਇਸ ਕਰਕੇ ਮੈਂ ਸਵਾਲ ਵਾਰ-ਵਾਰ ਕਰ ਰਿਹਾ ਪੁਰਸਾ ਤੁਹਾਨੂੰ ਨਹੀਂ ਮੈਂ ਤਾਂ ਉਹਨਾਂ ਦੀ ਦੇਖੋ ਜਿੰਨੀ ਮੇਰੀ ਸਮਰਥਾ ਸੀ ਮਦਦ ਕੀਤੀ ਮੈਂ ਉਹਨਾਂ ਨੂੰ ਜਿਨ੍ਹਾਂ ਮੈਨੂੰ ਕੇਜਰੀਵਾਲ ਸਾਹਿਬ ਘਰੋਂ ਲੈ ਔਰ ਮਹਿਨੂ ਉਹਨਾਂ ਨੇ ਜਦੋਂ ਮੇਰੇ ਘਰ ਆਏ ਤਾਂ ਆਪੇ ਹੀ ਕრაਊਡ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਜੀ ਇਹ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਣਗੇ ਮੈਂ ਕੋਈ ਉਹਨਾਂ ਕੋਲ ਓਦਾਂ ਨਹੀਂ ਸੀ ਮੰਗਿਆ ਨਾ ਮੈਂ ਉਹਨਾਂ ਕੋਲ ਕੋਈ ਅਪੁਆਇੰਟਮੈਂਟ ਲੈਟਰ ਮੰਗੀ ਪਰ ਉਹਨਾਂ ਨੇ ਮੈਨੂੰ ਬਾਅਦ ਚ ਨਾ ਕਿਸੇ ਨਾ ਮੀਟਿੰਗ 'ਚ ਬੁਲਾਇਆ ਤੇ ਨਾ ਮੇਰੇ ਕੋਲ ਕੋਈ ਹੋਰ ਗੱਲ ਨਹੀਂ ਫਿਰ ਮੈਨੂੰ ਉਹਨਾਂ ਨੇ ਦਿੱਲੀ ਬੁਲਾਇਆ ਇੱਕ ਵਾਰੀ ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਦਿੱਲੀ ਬੁਲਾ ਕੇ ਉਹਨਾਂ ਨੇ ਮੇਰੇ ਕੋਲੋਂ ਦੋ ਤਿੰਨ ਸੁਝਾਅ ਲਏ ਸੀ ਤੇ ਮੈਂ ਉਹਨਾਂ ਨੂੰ ਉਹਨਾਂ ਸੁਝਾਵਾਂ ਦੇ ਵਿੱਚ ਹੀ ਮੈਂ ਔਨ 에ਅਰ ਤੁਹਾਡੇ ਸਾਹਮਣੇ ਦੱਸ ਦਿੰਨਾ ਤੇ ਪੰਜਾਬੀਆਂ ਨੂੰ ਵੱਧ ਅਧਿਕਾਰ ਦਿਓ ਉਹ ਕਹਿੰਦੇ ਕਿਵੇਂ ਹੋ ਸਕਦਾ ਮੈਂ ਕਿਹਾ ਤੁਸੀਂ ਸੁਸੋਧਿਆ ਸਾਹਿਬ ਨੂੰ ਪਹਿਲਾਂ ਬਦਲੋ ਕਿਉਂਕਿ ਸੁਸੋਧਿਆ ਸਾਹਿਬ ਦਾ ਪੰਜਾਬ ਨਾਲ ਕੋਈ ਤੱਲਕ ਵਸਤਾ ਨਹੀਂ ਤੁਸੀਂ ਕਿਸੇ ਪੰਜਾਬੀ ਚਿਹਰੇ ਨੂੰ ਜਾਂ ਸਿੱਖ ਚਿਹਰੇ ਨੂੰ ਪੰਜਾਬ ਦਾ ਇੰਚਾਰਜ ਚਲਾਓ ਦੂਜੀ ਮੈਂ ਉਹਨਾਂ ਨੂੰ ਗੱਲ ਇਹ ਕਹੀ ਸੀ ਵੀ ਤੁਸੀਂ ਜਿਹੜੀ ਉੱਥੇ ਵਰਕਿੰਗ ਗਰੁੱਪ ਹੈਗਾ ਉਹਨਾਂ ਦਾ ਤੁਹਾਡੀ ਪਾਰਟੀ ਦਾ ਉਹਨੂੰ ਪੂਰੀਆਂ ਤਾਕਤਾਂ ਦਿਓ ਤੁਹਾਡਾ ਜਿਹੜਾ ਆਬਜ਼ਰਵਰ ਹੈ ਉਹਨਾਂ ਨੂੰ ਆਬਜ਼ਰਵ ਕਰੇ ਵੀ ਗੱਲ ਕੋਈ ਪਾਰਟੀ ਦੇ ਹਿੱਤ ਦੇ ਖਿਲਾਫਤਾ ਨਹੀਂ ਹੋ ਰਹੀ ਪੰਜਾਬ ਦੇ ਮਸਲੇ ਹੋਰ ਤਰ੍ਹਾਂ ਦੇ ਆ ਉਹਨਾਂ ਨੂੰ ਪੰਜਾਬ ਦੇ ਮਸਲੇ ਚੁੱਕਣਦੇ ਉਹ ਪੰਜਾਬ ਦੀਆਂ ਗੱਲਾਂ ਕਰਦੇ ਉਹ ਮੈਨੂੰ ਕਹਿੰਦੇ ਸੀ ਦੋਨੇ ਗੱਲਾਂ ਅਸੀਂ ਮਨ ਲਾਂਗੇ ਸਿਸੋਧਿਆ ਸਾਹਿਬ ਨੂੰ ਵੀ ਬਦਲ ਦਿੱਤਾ ਸੀ ਤੇ ਬਾਕੀ ਮੈਨੂੰ ਉਹ ਹੁਣ ਅੰਦਰਲੇ ਬੰਦੇ ਦੱਸ ਸਕਦੇ ਕਿੰਨਾ ਕੁ ਉਹਦੇ ਚ ਹੋਇਆ ਕੀ ਨਹੀਂ ਆਕਾਲੀ ਦਲ ਨਾਲ ਤੁਹਾਡੀ ਨਾਰਾਜ਼ਗੀ ਇਸ ਕਰਕੇ ਜ਼ਿਆਦਾ ਹੋਈ ਕਿ ਤੁਸੀਂ ਟੋੜਾ ਸਾਹਿਬ ਦੇ ਨੇੜੇ ਰਹੇ ਹੋ ਨਹੀਂ ਇਸ ਕਰਕੇ ਨਹੀਂ ਹੋਈ ਮੈਂ ਦੇਖੋ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 8 ਅਕਤੂਬਰ ਨੂੰ ਮਿਲਿਆ 8 ਅਕਤੂਬਰ 15 ਨੂੰ ਤੇ ਮੇਰੇ ਨਾਲ ਚੰਦੂ ਮજરા ਸਾਹਿਬ ਚੰਦੂ ਮજરા ਸਾਹਿਬ ਸਾਨੂੰ ਲੈ ਕੇ ਗਏ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਨੂੰ ਲੈ ਕੇ ਆਓ ਮੈਂ ਤੇ ਪੰਜੋਲੀ ਸਾਹਿਬ ਗਏ ਉੱਥੇ ਇਹ ਗੱਲਾਂ ਹੋਈਆਂ ਤੇ ਮੈਂ ਉਹਨਾਂ ਨੂੰ ਗੱਲਾਂ ਕਰ ਕਰਦਿਆਂ ਕਰਦਿਆਂ ਇਹ ਦੱਸ ਵੀ ਦਿੱਤਾ ਸੀ ਕਿ ਇਸ ਤਰ੍ਹਾਂ ਸੁਖਬੀਰ ਸਿੰਘ ਜੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਕੱਲ ਦਾ ਇਨਸਾਫ ਮਿਲੇ ਜੇ 84 ਦਾ ਇਨਸਾਫ ਨਹੀਂ ਮਿਲਿਆ ਤਾਂ ਲੋਕਾਂ ਨੇ 84 ਭੁੱਲੀ ਨਹੀਂ ਤੇ ਜੇ ਬਰਗਾੜੀ ਦਾ ਨਾਂ ਮਿਲਿਆ ਤਾਂ ਸਿੱਖਾਂ ਨੇ ਬਰਗਾੜੀ ਵੀ ਨਹੀਂ ਭੁੱਲਣੀ ਇਹ ਰੜਕਦੇ ਹੀ ਰਹਿਣਗੇ ਜ਼ਖਮੇ ਇਦਾਂ ਹੀ ਰਹਿਣੇ ਆ ਇਹ ਭਰਨੇ ਨਹੀਂ ਤੇ ਜਿਵੇਂ 84 ਦੇ ਜ਼ਿੰਮੇਵਾਰ ਟਾਰਗੇਟ ਤੇ ਨੇ ਇਦਾਂ ਹੀ ਬਰਗਾੜੀ ਵਾਲੇ ਜ਼ਿੰਮੇਵਾਰ ਲੋਕ ਵੀ ਟਾਰਗੇਟ ਤੇ ਰਹਿਣਗੇ ਤੇ ਕੰਪੈਰੀਜ਼ਨ ਕਰਦੇ ਹਾਂ 84 ਦਾ ਤੇ ਬਰਗਾੜੀ ਦਾ ਮੈਂ ਸਮਝਦਾ ਕੁਝ ਘਟਨਾਵਾਂ ਐਸੀਆਂ ਹੁੰਦੀਆਂ ਜਿਹੜੀਆਂ ਲੋਕਾਂ ਦੇ ਜ਼ਿਹਨ ਚੋਂ ਖਤਮ ਹੀ ਨਹੀਂ ਹੁੰਦੀਆਂ ਜਿਹੜੀਆਂ ਲੋਕਾਂ ਦੇ ਅੱਲੇ ਜ਼ਖਮ ਹੁੰਦੇ ਆ ਜਦੋਂ ਉਹਨਾਂ ਨੂੰ ਕੋਈ ਕੁਰੇ ਇਦਾ ਤੇ ਉਹ ਬਾਹਰ ਨਿਕਲੇ ਆਉਂਦੇ ਅਜਾ ਦੂਜੀ ਗੱਲ ਇਹ ਹੈ ਵੀ ਮੈਂ ਅਕਾਲੀ ਦਲ ਇਸ ਕਰਕੇ ਨਹੀਂ ਸੀ ਛੱਡਿਆ ਵੀ ਮੇਰੇ ਕਿਸੇ ਬੱਚੇ ਨੂੰ ਟਿਕਟ ਨਹੀਂ ਦਿੱਤੀ ਸੀ ਜਾਂ ਮੈਨੂੰ ਕੋਈ ਵੱਡਾ ਅਹੁਦਾ ਨਹੀਂ ਸੀ ਦਿੱਤਾ ਮੈਂ ਉਹਨਾਂ ਨੂੰ ਦੱਸ ਕੇ ਛੱਡਿਆ ਸੀ ਵੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਚੋਰੀ ਹੋ ਜਾਏ ਕੰਧਾਂ ਤੇ ਇਸ਼ਤਿਆਰ ਲੱਗ ਜਾਣ ਗੁਰੂ ਪਾੜ ਕੇ ਗਲੀਆਂ ਚ ਖਲਾਰ ਦਿੱਤਾ ਜਾਵੇ ਤੇ ਜਿਹੜੇ ਪ੍ਰੋਟੈਸਟ ਕਰਦੇ ਲੋਕਾਂ ਦੇ ਉੱਤੇ ਅਕਾਲੀਆਂ ਦੀ ਪੁਲਿਸ ਗੋਲੀ ਚਲਾ ਕੇ ਬੰਦੇ ਮਾਰਦੇ ਤੇ ਫਿਰ ਮੈਨੂੰ ਇਹ ਦੱਸੋ ਵੀ ਅਕਾਲੀਆਂ ਦੀ ਸਰਕਾਰ ਕਿੱਥੇ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੁੱਖੀ ਵੀ ਅਕਾਲੀਆਂ ਨੇ ਫੜੇ ਨਹੀਂ ਜਾਂ ਪੜਨ ਦੀ ਹਿੰਮਤ ਨਹੀਂ ਕੀਤੀ ਤੇ ਫਿਰ ਉਹਦਾ ਤੇ ਬਾਕੀਆਂ ਦਾ ਕੀ ਫਰਕ ਪੈ ਗਿਆ ਤੇ ਜਿਹੜੇ ਦੂਜੀਆਂ ਸਰਕਾਰਾਂ ਉਹਨਾਂ ਦਾ ਸਾਡਾ ਕੋਈ ਫਰਕ ਨਹੀਂ ਜਾ ਗਿਆ ਇਸ ਰੋਸ ਵਜੋਂ ਮੈਂ ਅਸਤੀਫਾ ਦਿੱਤਾ ਸੀ ਤੁਹਾਡੇ ਹੁੰਦੇ ਹੀ RAM REEN ਨੂੰ ਮਾਫੀ ਦਿੱਤੀ ਜਾਂਦੀ ਹੈ हां मैं ओदा भी विरोध ਕੀਤਾ ਸੀ ਮੈਂ ਨਾਲ ਜਿਸ ਦਿਨ ਮਾਫੀ ਦਿੱਤੀ ਗਈ ਹੈ ਬਿਨਾ ਮੰਗੀ ਮਾਫੀ ਤੇ ਮੈਂ ਉਹਦਾ ਵੀ ਵਿਰੋਧ ਨਾਲੇ ਹੀ ਦੂਜੇ ਦਿਨ ਮੇਰਾ ਅਖਬਾਰ ਦੇ ਵਿੱਚ ਬਿਆਨ ਲੱਗ ਗਿਆ ਸੀ ਵੀ ਉਹ ਵੀ ਗਲਤ ਕੀਤਾ ਅਜਾ ਮੈਂ ਤਾਂ ਇਹ ਵੀ ਗੱਲ ਜਾਣਦਾ ਮੈਂ ਤਾਂ ਹੁਣ ਵੀ ਜਿਹੜੇ ਪਹਿਲੇ ਜਰਦਾਰ ਸੀ ਉਹਨਾਂ ਨੂੰ ਵੀ ਕਿਹਾ ਸੀ ਵੀ ਲੋਕਾਂ ਨੂੰ ਕੋਈ ਸੱਚ ਜੇ ਪ੍ਰਗਟ ਕਰਨਾ ਨਾ ਦੇਖੋ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਸਿੱਟ ਦੀ ਰਿਪੋਰਟ ਹੈ ਉਹ ਹਾਈ ਕੋਰਟ ਨੇ ਬੇਸ਼ੱਕ ਰਿਜੈਕਟ ਕਰ ਦਿੱਤੀ ਪਰ ਉਹਦੇ ਵਿੱਚ ਕੁਝ ਲੋਕਾਂ ਦੇ ਬਿਆਨ ਹੈ ਜਿਹੜੇ ਉਹਨਾਂ ਨੇ ਔਨ ਆਫ ਦਿੱਤੇ ਆ ਉਦੇ ਵਿੱਚ ਗਿਆਨੀ ਗੁਰਮੁਖ ਸਿੰਘ ਦੇ ਭਰਾ ਦਾ ਬਿਆਨ ਵੀ ਹੈ ਜਿਹਦੇ ਤੋਂ ਹੁਣ ਉਹ ਮੁਕਰ ਰਿਹਾ ਗਿਆਨੀ ਗੁਰਮੁਖ ਸਿੰਘ ਦੀਆਂ ਟੀਵੀ ਦੇ ਉੱਤੇ ਲਾਈਵ ਜਿਹੜੀਆਂ ਵੀਡੀਓਜ਼ ਵੀ ਲੋਕਾਂ ਕੋਲ ਪਈਆਂ ਉਹ ਕੀ ਬੋਲਦਾ ਸੀ ਗਿਆਨੀ ਇਕਬਾਲ ਸਿੰਘ ਦਾ ਸਟੇਟਮੈਂਟ ਵੀ ਮੌਜੂਦ ਹੈ ਉਹਨੇ ਸਿੱਟ ਕੋਲ ਵੀ ਦਿੱਤਾ ਜਿਹਦੇ ਵਿੱਚ ਉਹਨੇ ਕਿਹਾ ਵੀ ਮਾਫੀ ਦਾ ਲਫ਼ਜ਼ ਅਕਾਲ ਤਖ ਦੇ ਕੰਪਿਊਟਰ ਵਿੱਚ ਪਾਇਆ ਗਿਆ ਤੇ ਮੈਂ ਉਸ ਵੇਲੇ ਵੀ ਸਵਾਲ ਉਠਾਇਆ ਸੀ ਤੇ ਅੱਜ ਵੀ ਤੁਹਾਡੇ ਜਰੀਏ ਉਠਾਉਣਾ ਵੀ ਜੇ ਗਿਆਨੀ ਗੁਰਮੁਖ ਸਿੰਘ ਉਸ ਵੇਲੇ ਝੂਠ ਬੋਲਦਾ ਸੀ ਜੇ ਝੂਠ ਬੋਲਦਾ ਸੀ ਤੇ ਉਹਨੂੰ ਹੁਣ ਤੁਸੀਂ ਹੈੱਡ ਗਰੰਟੀ ਕਿਉਂ ਲਾਇਆ ਤੇ ਜੇ ਉਹ ਸੱਚ ਬੋਲਦਾ ਸੀ ਜਿਨ੍ਹਾਂ ਦੇ ਬਾਰੇ ਉਹਨੇ ਗੱਲਾਂ ਕੀਤੀਆਂ ਉਹਨਾਂ ਨੂੰ ਹੁਣ ਤੱਕ ਬੁਲਾਇਆ ਕਿਉਂ ਨਹੀਂ ਇੱਕ ਦੂਸਰੀ ਗੱਲ ਹੋਰ ਹੈ ਦੇਖੋ ਪਹਿਲੀ ਜੂਨ ਨੂੰ ਸਰੂਪ ਚੋਰੀ ਹੋ ਜਾਂਦਾ 25 ਜੂਨ ਨੂੰ ਇਸ਼ਤਿਹਾਰ ਲੱਗ ਜਾਂਦਾ ਤੇ ਉਹ ਕੀ ਮਜਬੂਰੀ ਸੀ ਜਦੋਂ ਬੱਚੇ-ਬੱਚੇ ਨੂੰ ਪਤਾ ਸੀ ਇਸ਼ਤਿਹਾਰ ਦੇ ਵਿੱਚ ਉਹਨਾਂ ਲਿਖਿਆ ਸੀ ਵੀ ਅਸੀਂ ਲੈ ਕੇ ਚੱਲੇ ਆ ਸਾਡੇ ਕੋਲ ਤੇ ਜਿਹਦੀ ਹਿੰਮਤ ਆ ਲੱਭ ਕੇ ਦਿਖਾਓ ਤੇ ਜੇ ਬੱਚੇ-ਬੱਚੇ ਨੂੰ ਪਤਾ ਸੀ ਕੌਮ ਸੜਕਾਂ ਤੇ ਤੁਰੇ ਫਿਰਦੇ ਸੀ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਸੀ ਪਤਾ ਵੀ ਕਿਹਨੇ ਬੇਅਦਬੀ ਕੀਤੀ ਆ ਤੇ ਕਿਹਨੇ ਸਰੂਪ ਚੁੱਕਿਆ ਉਹਨਾਂ ਨੂੰ ਮੁਆਫ ਕਰਨ ਦੇ ਪਿੱਛੇ ਕੀ ਵਡਿਆਈ ਸੀ ਕਿਉਂ ਕਿਉਂ ਮਾਫ ਕਰ ਦਿੱਤਾ ਗਿਆ 24 ਸਤੰਬਰ ਨੂੰ ਮਾਫੀ ਦੇਣਾ ਹੀ ਬੜੇ ਵੱਡਾ ਪਾਪ ਤੁਸੀਂ ਉਹ ਸਿਸਟਮ ਵਿੱਚ ਸੀ ਤੁਹਾਨੂੰ ਅਜੇ ਤੱਕ ਨਹੀਂ ਪਤਾ ਕਿਉਂ ਮਾਫੀ ਦਿੱਤੀ ਸੀ ਮੈਨੂੰ ਸਾਰੇ ਪਤਾ ਦੱਸ ਸਕਦੇ ਹੋ ਹਾਂ ਮੈਨੂੰ ਸਾਰੇ ਪਤਾ ਦੱਸ ਸਕਦੇ ਹੋ ਕਿਉਂ ਮਾਫੀ ਦਿੱਤੀ ਨਹੀਂ ਉਹ ਤਾਂ ਦੇਖੋ ਸਪਸ਼ਟ ਹੈ ਨਾ ਕਿ ਸਰਕਾਰ ਜੇ ਹੋਵੇ ਜੇ ਸਰਕਾਰ ਫੜਨਾ ਚਾਵੇ ਤੇ ਸਰਕਾਰ ਤੇ ਦੋਸ਼ੀ ਪਤਾਲ ਚੋਂ ਵੀ ਕੱਢ ਲਿਉਂਦੀ ਹੈ। ਕੰਦਾ ਤੇ ਇਸ਼ਤਿਆਰ ਲੱਗ ਜਾਣਾ ਅਕਾਲੀਆਂ ਦੀ ਸਰਕਾਰ ਹੋਵੇ ਵੀ ਸਾਡੇ ਕੋਲ ਹੈ ਤੇ ਬੰਦਾ ਨਾ ਫੜ ਹੋਵੇ ਕੋਈ। ਸਰੂਪ ਚੋਰੀ ਕਰਕੇ ਲੈ ਜਾਣ ਬੰਦਾ ਨਾ ਫੜ ਹੋਵੇ ਕੋਈ। ਵੋਟਾਂ ਦੀ ਗਿਣਤੀ ਮਿੰਤੀ ਸੀ। ਤੋਂ ਹੋਰ ਕੁਝ ਵੀ ਨਹੀਂ ਸੀ ਉਹ। ਸਿਗਾ ਹੀ ਵੋਟਾਂ ਦੀ ਗਿਣਤੀ ਮਿੰਤੀ ਸੀ। ਐਸਜੀਪੀਸੀ ਨੇ ਆਪਦੀ ਭੂਮਿਕਾ ਸਹੀ ਠੀਕ ਨਭਾਈ ਉਦੋਂ। ਅ ਐਸਜੀਪੀਸੀ ਨੂੰ ਵਰਤਿਆ ਗਿਆ ਉਸ ਵੇਲੇ ਅਕਾਲ ਤਖਤ ਸਾਹਿਬ ਦੀ। ਤੁਸੀਂ ਫੇਰ ਸ਼ਾਮਲ ਸੀ? ਨਹੀਂ ਮੈਂ ਨਹੀਂ ਸ਼ਾਮਲ ਹੋਇਆ। ਮੈਂ ਤਾਂ ਰਿਜ਼ਾਈਨ ਕਰ ਗਿਆ ਸੀ। ਜੋ ਮਤੇ ਪਾਇਰੇ ਸੀ ਤੁਸੀਂ ਵਿਰੋਧ ਕੀਤਾ ਬਿਲਕੁਲ ਵਿਰੋਧ ਕੀਤਾ ਦੇਖੋ ਜਦੋਂ 24 ਸਤੰਬਰ ਨੂੰ ਮਾਫੀ ਦਿੱਤੀ ਹੈ ਉਸ ਤੋਂ ਬਾਅਦ ਇਹ ਪਤਾ ਕੀਤਾ ਜਾਣਾ ਚਾਹੀਦਾ ਅਕਾਲ ਤਖਤ ਬੋਲੂ ਉਹ ਕਿਹੜੀ ਤਾਕਤ ਸੀ ਜਿਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਜਬੂਰ ਕੀਤਾ ਵੇ ਜਨਰਲ ਹਾਊਸ ਸਦਕੇ ਦਿੱਤੀ ਹੋਈ ਮਾਫੀ ਦੀ ਪ੍ਰਵਰੋਧਤਾ ਕਰੋ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਤਾ ਕਰਨਾ ਚਾਹੀਦਾ ਵੀ ਉਹ ਕਿਹੜੀ ਤਾਕਤ ਸੀ ਜਿਨੇ ਦਿੱਲੀ ਕਮੇਟੀ ਨੂੰ ਉਸ ਵੇਲੇ ਜੀਕੇ ਸਾਹਿਬ ਪ੍ਰਧਾਨ ਸੀ ਚਾਰਟਰਡ ਫਲਾਈਟ ਲੈ ਕੇ ਅੰਮ੍ਰਿਤਸਰ ਆਉਂਦੇ ਆ ਤੇ ਮਤੇ ਆ ਕੇ ਮੋ ਮਾਫੀ ਦੀ ਪ੍ਰਵਰਤਾ ਕਰਦੇ 20 ਵਾਰੀ ਲੋਕਾਂ ਨੇ ਮਾਫੀਆਂ ਮੰਗੀਆਂ 20 ਵਾਰੀ ਲੋਕਾਂ ਨੇ ਗੁਨਾਹ ਕੀਤੇ ਆ ਕਦੀ ਇਦਾਂ ਹੋਇਆ ਵੀ ਕਿਸੇ ਨੇ ਇਦਾਂ ਆ ਕੇ ਕੀਤਾ ਹੋਵੇ ਉਸ ਮਾਫੀ ਨਾਮੇ ਦੇ ਵਿੱਚ ਕਿਹੜੇ ਕਿਹੜੇ ਕਰਦਾਰ ਸ਼ਾਮਿਲ ਸੀਗੇ ਜੇ ਇੱਕ ਲਾਈਨ ਦੇ ਵਿੱਚ ਮੈਂ ਦੱਸ ਸਕੋ ਤਾਂ ਉਸ ਮਾਫੀ ਨਾਮੇ ਦੇ ਵਿੱਚ ਉਹੀ ਲੋਕ ਸ਼ਾਮਿਲ ਸੀ ਜਿਹੜੇ ਰਾਜ ਸੱਤਾ ਭੋਗਣੀ ਚਾਹੁੰਦੇ ਸੀ ਤੇ ਆਪਣੇ ਹੱਥੋਂ ਰਾਜ ਸੱਤਾ ਨਹੀਂ ਸੀ ਜਾਣ ਦੇਣੀ ਚਾਹੁੰਦੇ ਇੱਕ ਆਖਰੀ ਸਵਾਲ ਸਦੈਸਪੁਰ ਆਪ ਦੇ ਆਪ ਨੂੰ ਸੀਐਮ ਦਾ ਚਿਹਰਾ ਮੰਨਦੇ ਆ ਪੰਜਾਬ ਦਾ ਜਾਂ ਨਹੀਂ ਮੈਂ ਤਾਂ ਸੇਵਾਦਾਰ ਆਂ ਪੰਜਾਬ ਦਾ ਨਾ ਮੈਂ ਕਦੀ ਕੋਈ ਵੱਡੀ ਇੱਛਾ ਰੱਖੀ ਐ ਨਾ ਮੇਰੇ ਕੋਈ ਮਨ ਚ ਏਦਾਂ ਦੀ ਗੱਲ ਹੈ ਤੇ ਜਿੱਥੇ ਪੰਜਾਬੀ ਖੁਸ਼ ਆ ਮੈਂ ਉੱਥੇ ਖੁਸ਼ ਪੋਲਿਟਿਕਸ ਵਿੱਚ ਸਰਗਰਮ ਹੋਣਾ ਚਾਹੁੰਦੇ ਹਾਂ ਸਦੈਸਪੁਰ ਜਿਸ ਦਿਨ ਮੈਨੂੰ ਲੱਗਾ ਵੀ ਪੰਜਾਬ ਦਾ ਭਲਾ ਕਰਨ ਵਾਲੀ ਪੋਲਿਟਿਕ ਸ਼ੁਰੂ ਹੋ ਗਈ ਹੈ ਉਸ ਦਿਨ ਮੈਂ ਸ਼ਾਮਲ ਹੋਇਆ ਅਰਵਿੰਦ ਕੇਜਰੀਵਾਲ ਦੇ ਨਾਲ ਤੁਰਨਾ ਚਾਹੁੰਦੇ ਹਾਂ ਅਰਵਿੰਦ ਕੇਜਰੀਵਾਲ ਚੰਗਾ ਬੰਦਾ ਹੈ ਉਹਨੇ ਚੰਗਾ ਕੰਮ ਕੀਤਾ ਉਹਨੇ ਦਿੱਲੀ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਹੈਲਥ ਸਰਵਿਸਿਜ਼ ਬੜੀਆਂ ਸੁਧਾਰੀਆਂ ਐਜੂਕੇਸ਼ਨ ਨੂੰ ਬੜਾ ਸੁਧਾਰਿਆ ਔਰ ਉਹ ਠੀਕ ਹੈ ਵੀ ਉਹ ਸਟੇਟ ਦਾ ਤੇ ਪੰਜਾਬ ਸਟੇਟ ਦਾ ਬਹੁਤ ਜ਼ਿਆਦਾ ਫਰਕ ਹੈ ਉੱਥੇ ਦੇ ਆਬਾਦੀ ਦਾ ਫਰਕ ਹੈ ਸੋਰਸਸ ਦਾ ਫਰਕ ਹੈ ਤੇ ਇੱਥੇ ਵੀ ਉਹ ਠੀਕ ਹੈ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਤੁਹਾਡੇ ਕੋਲ ਇੱਕ ਹੀ ਆਮਾਦੀ ਪਾਰਟੀ ਮੇਰੇ ਕੋਲ ਬੜੇ ਰਾ ਮੇਰੇ ਕੋਲ ਸਾਰੇ ਰਾ ਖੁੱਲੇ ਆ ਚਲੋ ਬਹੁਤ ਧੰਨਵਾਦ ਸੁਦੇਸ਼ ਸਿੰਘ ਪੌਰ ਬਹੁਤ ਬੇਪਰਵਾਹ ਇਹ ਸੰਸਦ ਦੇਸ਼ ਸਿੰਘ ਪੌਰ ਜਿਹੜੇ ਹੁਣ ਰਾਜਨੀਤੀ ਵਿੱਚ ਸਰਗਰਮ ਹੋਣਾ ਚਾਹੁੰਦੇ ਆ ਪਰ ਹੁਣ ਤੱਕ ਆਪਣੇ ਪੱਤੇ ਉਹ ਨਹੀਂ ਖੋਲਦੇ ਪਏ ਕਿ ਉਹਨਾਂ ਨੇ ਕਿੱਥੇ ਜਾਣਾ ਹੈ ਬਸ ਸੁਦੇਸ਼ ਸਿੰਘ ਪੌਰ ਨੇ ਇਸ਼ਾਰਾ ਜਰੂਰ ਕਰ ਦਿੱਤਾ ਜਿਹੜਾ ਪੰਜਾਬ ਦੇ ਹਿੱਤਾਂ ਦਾ ਸੋਚੇਗਾ ਮੈਂ ਉਹਦੇ ਨਾਲ ਖੜਾ ਹਾਂ ਬਸ ਸੁਦੇਸ਼ ਸਿੰਘ ਪੌਰ ਇਸ ਰਾਜਨੀਤੀ ਦੇ ਵਿੱਚ ਆਪ ਦੇ ਆਪ ਨੂੰ ਕਿੱਥੇ ਖੜਾ ਸਾਬਤ ਕਰ ਸਕਦੇ ਆ ਸਵਾਲ ਬੜੇ ਮਹੱਤਵਪੂਰਨ ਹੈ। ਸਦੇਵ ਸਿੰਘ ਪੌਰ ਦੁਬਾਰਾ ਰਾਜਨੀਤੀ ਵਿੱਚ ਸਰਗਰਮ ਕਿਉਂ ਹੋਣਾ ਚਾਹੁੰਦੇ ਆ? ਬਹੁਤ ਸਾਰੇ ਸਵਾਲ ਤੁਹਾਡੇ ਜਾਣ ਵਿੱਚ ਹੋਣਗੇ ਪਰ ਜਦੋਂ ਪੰਜਾਬ ਦੇ ਵਿੱਚ ਪੰਥਕ ਏਜੰਡੇ ਦੀ ਗੱਲ ਹੁੰਦੀ ਹੈ, ਸਿੱਖ ਸਿਆਸਤ ਦੀ ਗੱਲ ਹੁੰਦੀ ਹੈ, ਉਦੋਂ ਸਦੇਵ ਸਿੰਘ ਪੌਰ ਦਾ ਜ਼ਿਕਰ ਇਸ ਕਰਕੇ ਹੁੰਦਾ ਕਿਉਂਕਿ ਪੌਰ ਸਾਹਿਬ ਇਸ ਪੰਥਕ ਆਊਟਫਿਟ ਦੇ ਵਿੱਚ ਬਹੁਤ ਲੰਮਾ ਸਮਾਂ ਇਹਨਾਂ ਨੇ ਕੰਮ ਕੀਤਾ ਢਾਈ ਦਹਾਕੇ ਹੋ ਕੇ ਐਸਡੀਪੀਸ ਦੇ ਮੈਂਬਰ ਨੇ ਇਸ ਤੋਂ ਇਲਾਵਾ ਐਕਟਿੰਗ ਪ੍ਰੈਜ਼ੀਡੈਂਟ ਰਹੇ ਆ ਤੇ ਮਿਸਟਰ ਟੋੜਾ ਤੇ ਮਿਸਟਰ ਬਾਤਲ ਤੇ ਬਹੁਤ ਨੇੜੇ ਰਹੇ ਤੇ ਇਹਨਾਂ ਨੂੰ ਉਹਨਾਂ ਦੀ ਵਰਕਿੰਗ ਸਟਾਈਲ ਦਾ ਵੀ ਪਤਾ ਹੈਗਾ ਤੇ ਪੰਜਾਬ ਦੇ ਮੁੱਦਿਆਂ ਦਾ ਵੀ ਪਤਾ ਹੈਗਾ ਤੇ ਜੇ ਐਸਡੀਪੀਸ ਦੀਆਂ ਚੋਣਾਂ ਸਟੇਟ ਐਕਟ ਦੇ ਤਹਿਤ ਹੋਣ ਤੇ ਤਾਂ ਵੀ ਪੰਜਾਬ ਨੂੰ ਕੀ ਫਾਇਦਾ ਹੋ ਸਕਦਾ ਕੀ ਨੁਕਸਾਨ ਹੋ ਸਕਦਾ ਆਨੰਦਪੁਰ ਮਤਦਿ ਇਹ ਗੱਲ ਕਰਦੇ ਆ ਇਹ ਸਾਰੇ ਏਜੰਡੇ ਇਹਨਾਂ ਨੂੰ ਪਤਾ ਪਰ ਇਹਨਾਂ ਦੇ ਏਜੰਡੇ ਅੱਜ ਤੀ ਕੋਈ ਸਿਆਸੀ ਤੇਰਮਨਾਂ ਨੂੰ ਤਿਆਰ ਹੋਵੇਗੀ ਇਹ ਸਵਾਲ ਬੜਾ ਵੱਡਾ Bottom up.